ਤੁਸੀਂ ਦੇਖ ਰਹੇ ਹੋ ਜੀ ਪ੍ਰਾਈਮੇਸ਼ੀਆ ਟੀਵੀ ਮੈਂ ਹਾਂ ਗੁਰਪ੍ਰੀਤ ਸਿੰਘ ਸੰਧਵਾਲੀਆ ਤੁਹਾਡੇ ਨਾਲ ਤੇ ਗੱਲ ਇਹ ਆ ਕਿ ਕੱਲ ਦਾ ਦਿਨ ਮੇਰਾ ਖਿਆਲ ਸਾਰਾ ਦਿਨੀ ਲੱਡੂਆਂ ਵਾਲੀ ਪਾਰਟੀ ਵੀ ਹੁੰਦੀ ਰਹੀ ਤੇ ਕਈ ਥਾਵਾਂ ਦੇ ਉੱਪਰ ਵਿਚਾਰਾ ਵੀ ਹੁੰਦੀਆਂ ਰਹੀਆਂ ਤੇ ਕਈ ਥਾਵਾਂ ਤੇ ਗਾਂ ਦੀ ਪਲੈਨਿੰਗ ਵੀ ਹੁੰਦੀ ਰਹੀ ਮੇਰਾ ਖਿਆਲ ਆਈਡੀਆ ਤੇ ਤੁਹਾਨੂੰ ਲੱਗਿਆ ਹੋਣਾ ਵੀ ਕਿਉਂਕਿ ਉਹ ਜੋ ਜਲੰਧਰ ਵੈਸਟ ਵਾਲੇ ਹਲਕੇ ਦਾ ਨਤੀਜਾ ਆ ਉਹਦੇ ਤੋਂ ਬਾਅਦ ਦੇ ਹਲਾਤਾਂ ਦੀ ਗੱਲ ਕਰ ਰਿਹਾ ਪਰ ਉਹਦੇ ਤੋਂ ਕਈ ਕੁਝ ਅੱਗੇ ਨਿਕਲਿਆ ਉਹਦੀ ਗੱਲ ਵੀ ਕਰਨੀ ਬਣਦੀ ਹੈ ਇਸ ਤੋਂ ਇਲਾਵਾ ਕੁਝ ਹੋਰ ਖਬਰਾਂ ਦੀ ਗੱਲ ਕਰਾਂਗੇ ਪਹਿਲਾ ਭਾ ਸਾਥੀ ਪਰਵੀਰ ਸਿੰਘ ਬਾਠ ਉਹਨਾਂ ਦਾ ਪਤਾ ਲੈ ਲੀਏ ਕੀ ਹਾਲ ਨੇ ਬਾਠ ਸਾਹਿਬ ਚੜਦੀ ਕਲਾ ਸੰਦਾਲੀਆ ਸਾਹਿਬ ਸਸੀ ਕਾਲ ਜੀ ਤੁਸੀਂ ਸੁਣਾਓ ਚਲੋ ਤੁਸੀਂ ਲੱਡੂਆਂ ਲੱਡੂਆਂ ਦਾ ਜ਼ਿਕਰ ਕੀਤਾ ਕਿ ਚੋਣਾ ਹੋਈਆਂ ਸੀ ਮੈਨੂੰ ਫਿਕਰ ਇਸ ਗੱਲ ਦਾ ਕਿ ਜਦੋਂ ਗਰਮੀਆਂ ਦੀਆਂ ਛੁੱਟੀਆਂ ਹੁੰਣ ਤਾਂ ਨਿਆਣਾ 20-25 ਦਿਨ ਮਾਮਿਆਂ ਦੇ ਰਹਿ ਕੇ ਮਾਸੀ ਦੇ ਰਹਿ ਕੇ ਘਰ ਨੂੰ ਮੁੜੇ ਤਾਂ ਉਹਦਾ ਜੀ ਨਹੀਂ ਲੱਗਦਾ ਹੁੰਦਾ ਸਕੂਲ ਦਾ ਕੰਮ ਵੀ ਕਰਨ ਵਾਲਾ ਹੁੰਦਾ ਬਾਕੀ ਕਈ ਕੁਝ ਵੀ ਮੁੜ ਕੇ ਸਕੂਲੇ ਵੀ ਜਾਣਾ ਹੁੰਦਾ ਡੰਡੇ ਵੀ ਪੈਣੇ ਹੁੰਦੇ ਆ ਵੱਜ ਕੇ ਵੀ ਰਹਿਣਾ ਹੁੰਦਾ ਮੋਜਾਂ ਮਾਸੀ ਤੇ ਮਾਮੇ ਵਾਲੀਆਂ ਮੁੜ ਕੇ ਲੱਭਦੀਆਂ ਨਹੀਂ ਮੈਨੂੰ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੇ ਜਿਹੜੇ ਆਮ ਵੋਟਰ ਨੇ ਉਹਨਾਂ ਦਾ ਜ਼ਰੂਰ ਫਿਕਰ ਹੈ ਕਿਉਂਕਿ ਮਹੀਨਾਕ ਹੋ ਗਿਆ ਸੀ ਮੇਲਾ ਲੱਗਾ ਸੀ ਲੀਡਰ ਇਧਰੋਂ ਆ ਗਿਆ ਉਧਰ ਨੂੰ ਚਲੇ ਗਿਆ ਮੰਤਰੀ ਇਧਰੋਂ ਆ ਗਿਆ ਉਧਰ ਨੂੰ ਚਲੇ ਗਿਆ ਗੱਡੀਆਂ ਛੂਕਦੀਆਂ ਫਿਰਦੀਆਂ ਸੀ ਤਰ੍ਹਾਂ ਤਰ੍ਹਾਂ ਦੇ ਰੰਗ ਬਰੰਗੇ ਭਾਸ਼ਣ ਸੀ ਅੱਜ ਤਾਂ ਆਪੇ ਹੀ ਬੱਛੀ ਖੋਲਣੀ ਹੈ ਤੇ ਆਪੇ ਹੀ ਬੰਨਣੀ ਹੈ ਤੇ ਆਪੇ ਹੀ ਖੁਰਲੀ 'ਚ ਪੱਠੇ ਪਾਉਣੇ ਪੈਣੇ ਆ ਥੋੜੇ ਜਿਹਾ ਹੇਰਵਾ ਜਨਕਨ ਪੰਜਸਤਾ ਦਿਨਾਂ 'ਚ ਸੱਟ ਜਾ ਹੋ ਜਾਣਾ ਯਾਨੀ ਬਿਲਕੁਲ ਇਹ ਤੇ ਆਪਾਂ ਇਹਨੂੰ ਜੇ ਮੈਂ ਹੋਰ ਇੱਕ ਇੱਕ ਉਦਾਹਰਨ ਤੁਹਾਡੇ ਸਾਹਮਣੇ ਰੱਖਾਂ ਤੇ ਆਮ ਤੌਰ ਤੇ ਜਿੱਦਾਂ ਆਪਣੇ ਪੰਜਾਬ 'ਚ ਵਿਆਹ ਹੁੰਦੇ ਨੇ ਆਪਣੇ ਪੰਜਾਬੀਆਂ ਦੇ ਵੀ ਜਦੋਂ ਤੇ ਵਿਆਹ ਦੀ ਜੇ ਸ਼ੁਰੂਆਤ ਹੁੰਦੀ ਆ ਤੇ ਉਦੋਂ ਪੈਲਸ ਐਨ ਸੱਜਿਆ ਫੱਬਿਆ ਹੁੰਦਾ ਤੇ ਜਦੋਂ ਮੁੜ ਕੇ ਵਿਆਹ ਮੁੱਕ ਜਾਂਦਾ ਤੇ ਫਿਰ ਉਤੇ ਪਲੇਟਾਂ ਗਲਾਸੀਆਂ ਚਮਚੇ ਇਹੋ ਕੁਝ ਹੀ ਰਹਿ ਜਾਂਦਾ ਫੁੱਲ ਵੀ ਵਿਚਾਰਾ ਕਿਤੇ ਦਾ ਕਿਤੇ ਤੁਰੇ ਫਿਰਦੇ ਹੁੰਦੇ ਸਾਰੇ ਉਹ ਮੈਨੂੰ ਲੱਗਦਾ ਵੀ ਸਟਾਰਟਿੰਗ ਹੁੰਦਾ ਹੋਈ ਸੀ ਜਿਹੜੇ ਫੁੱਲ ਜਿਹੜੇ ਫੁੱਲ ਟੇਬਲ ਦੇ ਥੱਲੇ ਪਏ ਹੁੰਦੇ ਉਹ ਨਹੀਂ ਮੈਂ ਉਹਨਾਂ ਤੱਕ ਨਹੀਂ ਜਾਂਦਾ ਉਹ ਤਾਂ ਜਦੋਂ ਵਿਚਾਰੇ ਉਹ ਜਿਹੜੇ ਆਪਣੇ ਕਿਰਤੀ ਬੰਦੇ ਨੇ ਜਿਨ੍ਹਾਂ ਦੀ ਡਿਊਟੀ ਹੁੰਦੀ ਵੀ ਉਹਨ ਟੇਬਲ ਟੂਲ ਸਾਹਮਣੇ ਜਦੋਂ ਉਹ ਚਾਦਰ ਚੋਕਦੇ ਨੇ ਫੇਰ ਹੀ ਪਤਾ ਲੱਗਦਾ ਵੀ ਐਸ ਟੇਬਲ ਤੇ ਜਿਹੜੇ ਬੰਦੇ ਬੈਠੇ ਉਹ ਐਂ ਬਿਲਾ ਉਪਰੋਂ ਛਕਣ ਤੋਂ ਬਾਅਦ ਹੌਲੀ ਬੰਦਾ ਫਿਆ ਚਾਦਰ ਦੇ ਥੱਲੇ ਦੀ ਕਰਕੇ ਉਹ ਕਈ ਵਾਰ ਇਹ ਤਾਂ ਉਹ ਮੇਜ਼ ਦੀ ਚਾਦਰ ਉੱਤੋਂ ਵਧੀਆ ਹੁੰਦੀ ਅੰਦਰ ਵਾਲੇ ਪਾਸਿਓਂ ਨਰੇ ਤੇਲ ਨਾਲ ਭਰੀ ਹੁੰਦੀ ਚਲੋ ਅੱਛਾ ਇਹ ਸਾਰੀਆਂ ਚਾਦਰਾਂ ਇਹ ਸਾਰੀ ਤਰ੍ਹਾਂ ਦੇ ਫੁੱਲ ਸਾਰੀ ਤਰ੍ਹਾਂ ਦੇ ਫੁੱਲ ਆਪਾਂ ਕਹਿ ਦਿੰਨੇ ਆ ਉਹ ਹੁਣ ਲੱਭਣਿਆਂ ਜਲੰਧਰ ਵੈਸਟ ਹਲਕੇ ਦੇ ਲੋਕਾਂ ਨੂੰ ਕਿਉਂਕਿ ਵੋਟਾਂ ਵਾਲਾ ਕੰਮ ਨਿਪਟ ਗਿਆ ਲੀਡਰ ਘਰੋ ਘਰੀ ਚਲੇ ਜਾਣਗੇ ਪਰ ਹੁਣ ਇਹ ਜਿਹੜੀਆਂ ਇਹਨਾਂ ਨੇ ਵੋਟਾਂ ਪਾਈਆਂ ਨੇ ਤੇ ਜੋ ਨਤੀਜੇ ਆਏ ਨੇ ਉਹਦੇ ਤੋਂ ਬਾਅਦ ਇੱਕ ਗੱਲ ਤੇ ਹੈਗੀ ਆ ਵੀ ਜਿਹੜਾ ਬੰਦਾ ਜਿਤਾ ਲਿਆ ਉਹਨਾਂ ਨੇ ਉਥੋਂ ਮੈਂਦਰ ਭਗਤੂਰੀ ਉਹਨਾਂ ਦੇ ਉੱਪਰ ਨਜ਼ਰਾਂ ਰਹਿਣੀਆਂ ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਕਹਿਤਾ ਸੀ ਵੀ ਆਪਾਂ ਇਹਨਾਂ ਨੂੰ ਮੰਤਰੀ ਬਣਾ ਦੇਣਾ ਹੁਣ ਦੇਖੋ ਭਗਤ ਸਾਹਿਬ ਕਦੋਂ ਪਹਿਲਾਂ ਐਮਐਲਏ ਫਿਰ ਉਸ ਬਾਦ ਮੰਤਰੀ ਬਣਦੇ ਆ ਤੇ ਫੇ ਜਲੰਧਰ ਵੈਸਟ ਵਾਲਿਆਂ ਦੇ ਦੁੱਖੜੇ ਦੂਰ ਕਰਦੇ ਆ ਦੇਖੋ ਸੰਧਾਲੀਆ ਸਾਹਿਬ ਚਲੋ ਉਹ ਤਾਂ ਸਿਆਸੀ ਗੱਲਾਂ ਹੁੰਦੀਆਂ ਕਿ ਇੱਕ ਮੰਤਰੀ ਬਣਾਉਣਾ ਨਹੀਂ ਬਣਾਉਣਾ ਜਾਂ ਹੋਰ ਕੁਝ ਕਰਨਾ ਮੈਨੂੰ ਤਾਂ ਇਹ ਲੱਗਦਾ ਕਿ ਜਿਹੜਾ ਉਹਨਾਂ ਨੇ ਕਿਹਾ ਸੀ ਨਾ ਕਿ ਜੇ ਤੁਸੀਂ ਸਾਡਾ ਉਮੀਦਵਾਰ ਜਿਤਾ ਦਿਓ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸਾਹਿਬ ਨੇ ਕਿ ਅਸੀਂ ਜਲੰਧਰ ਵੈਸਟ ਹਲਕੇ ਨੂੰ ਫਿਰ ਬੈਸਟ ਹਲਕਾ ਬਣਾ ਦਿਆਂਗੇ ਲੋਕਾਂ ਦੇ ਮਸਲੇ ਹੱਲ ਕਰ ਦੇਣ ਉਹ ਲਾਲ ਬੱਤੀ ਵਾਲੀ ਕਾਰ ਛੰਡੇ ਵਾਲੀ ਕਾਰ ਜਿਹੜੀ ਉਹ ਮਿਲਦੀ ਹੈ ਮਹਿੰਦਰ ਭਗਤ ਹੋਰਾਂ ਨੂੰ ਕਿ ਨਹੀਂ ਮਿਲਦੀ ਉਹ ਕਿਉਂਕਿ ਉਹ ਪਹਿਲੀ ਵਾਰੀ ਐਮਐਲਏ ਬਣੇ ਆ ਉਹਨਾਂ ਦਾ ਤਾਂ ਐਜ਼ ਏ ਮੈਂਬਰ ਜਿਹੜਾ ਅਸੈਂਬਲੀ ਦੇ ਉਹਦਾ ਵੀ ਪਹਿਲਾ ਹੀ ਤਜਰਬਾ ਉਹਨਾਂ ਦਾ ਇਸ ਕਰਕੇ ਚਲੋ ਉਹ ਤਾਂ ਮੰਤਰੀ ਬਣਾਉਂਦੇ ਆ ਨਹੀਂ ਬਣਾਉਂਦੇ ਉਹ ਮੁੱਖ ਮੰਤਰੀ ਸਾਹਿਬ ਦੇ ਉੱਤੇ ਨਿਰਪਰ ਕਰਦਾ ਪਰ ਹਲਕੇ ਦੇ ਲੋਕਾਂ ਦੇ ਨਾਲ ਜੋ ਵਾਅਦੇ ਕੀਤੇ ਆ ਚਾਹੇ ਉਹ ਸੀਵਰੇਜ ਦਾ ਕੰਮ ਹੈ ਚਾਹੇ ਉਹ ਨਸ਼ੇ ਵਾਲਾ ਫਸਤਾ ਵਧਣ ਦਾ ਕੰਮ ਹੈ ਚਾਹੇ ਰੋਜ਼ਗਾਰ ਵਾਲੀਆਂ ਗੱਲਾਂ ਬਾਤਾਂ ਨੇ ਉਹ ਸਾਰੇ ਮਸਲੇ ਜਿਹੜੇ ਆ ਜੇ ਹੱਲ ਹੋ ਜਾਣ ਤਾਂ ਮੈਨੂੰ ਲੱਗਦਾ ਕਿ ਜਲੰਧਰ ਪਛਮੀ ਵਿਧਾਨ ਸਭਾ ਹਲਕੇ ਦੇ ਲੋਕ ਜਿਹੜੇ ਆ ਉਹ ਵੈਸੇ ਹੀ ਸੰਤੁਸ਼ਟ ਹੋ ਜਾਣਗੇ ਪਰ ਕੀਤਾ ਹੈਰਾਨ ਹਮ ਸਾਰੇ ਵੋਟਾਂ ਦੀ ਗਿਣਤੀ ਦੇ ਵਿੱਚ ਕਿਉਂਕਿ ਆਪਾਂ ਪ੍ਰਾਈਮੇਰੀ ਸ਼ਾ ਟੀਵੀ ਦੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਜੁੜੇ ਰਹੇ ਜਾਨੀ ਕਿ ਪਹਿਲੇ 15 ਮਿੰਟਾਂ ਤੋਂ ਬਾਅਦ ਪੋਸਟਲ 벨ਟ ਤੋਂ ਬਾਅਦ ਇੱਕ ਵਾਰੀ ਵੀ ਨਹੀਂ ਲੱਗਿਆ ਕਿ ਉੱਥੇ ਮੁਕਾਬਲਾ ਜਣੀ 1 ਮਹੀਨੇ ਦੇ ਅੰਦਰ ਅੰਦਰ ਇਹ ਜਿਹੜੇ ਰਾਜਸੀ ਵਿਗਿਆਨੀ ਨੇ ਮਾਹਿਰ ਨੇ ਉਹਨਾਂ ਦੀ ਵੀ ਸਮਝੋਂ ਬਾਹਰ ਵਾਲੀ ਗੱਲ ਐ ਸੰਧਾਲੀਆ ਸਾਹਿਬ ਕਿ ਆਖਰਕਾਰ ਹੋਖ ਹੀ ਗਿਆ ਜਣੀ ਮਹਿੰਦਰ ਭਗਤ ਹੋਰੀ 37000 ਵੋਟਾਂ ਦੇ ਫਰਕ ਦੇ ਨਾਲ ਜਿੱਤੇ ਐ ਤੇ 37000 ਵੋਟਾਂ ਬਹੁਤ ਜ਼ਿਆਦਾ ਹੁੰਦੀਆਂ ਤੇ ਮਹੀਨਾ ਪਹਿਲਾਂ ਆਮ ਆਦਮੀ ਪਾਰਟੀ ਨੂੰ ਥੋ 15000 ਰੀ ਵੋਟਾਂ ਪਈਆਂ ਸੀ ਤੇ ਅੱਤ ਕੀ ਉਹ ਵੋਟਾਂ 55000 ਨੇ 30 ਦਿਨਾਂ ਦੇ ਵਿੱਚ 40000 ਬੰਦਾ ਜਲੰਧਰ ਪਛਮੀ ਵਿਧਾਨ ਸਭਾ ਹਲਕੇ ਦਾ ਆਪਣਾ ਮਨ ਕਿਦਾਂ ਬਦਲ ਗਿਆ 40000 ਬੰਦੇ ਨੂੰ ਨੇ ਵੱਧ ਵੋਟਾਂ ਪਾਈਆਂ ਜਣੀ ਆਮ ਆਦਮੀ ਪਾਰਟੀ ਦੀਆਂ ਵੋਟਾਂ 15000 ਸੀ ਲੋਕ ਸਭਾ ਦੀਆਂ ਚੋਣਾਂ ਚ ਉਹ ਵੱਧ ਕੇ 55000 ਹੋ ਗਈਆਂ 40000 ਵੱਧ ਗਈਆਂ ਯਾਨੀ ਕਿਵੇਂ ਹੋ ਗਿਆ ਇਹ ਸਾਰਾ ਕੁਝ 28000 ਵੋਟਾਂ ਦਾ ਘਾਟਾ ਕਾਂਗਰਸ ਪਾਰਟੀ ਨੂੰ ਪਿਆ ਉਹਨਾਂ ਨੂੰ ਲੋਕ ਸਭਾ ਦੀਆਂ ਚੋਣਾਂ ਚ 44000 ਵੋਟਾਂ ਮਿਲੀਆਂ ਸੀ ਉਹ ਘਟ ਕੇ 16000 ਰਹਿ ਗਈਆਂ ਬੀਬੀ ਸੁਰਿੰਦਰ ਕੌਰ ਹੋਰਾ ਦੀਆਂ ਤੇ ਦੂਜੇ ਪਾਸੇ 25000 ਵੋਟਾਂ ਭਾਰਤੀ ਜਨਤਾ ਪਾਰਟੀ ਦੀਆਂ ਵੀ ਘਟ ਗਈਆਂ ਣੀ ਕਿਸੇ ਨੇ ਵੀ ਨਹੀਂ ਸੋਚਿਆ ਚਲੋ ਇਦਾਂ ਤਾਂ ਤੁਸੀਂ ਵੀ ਇੱਕ ਦਿਨ ਪਹਿਲਾਂ ਕਹਿੰਦੇ ਸੀ ਕਿ ਭਾਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੁਕਾਬਲੇ ਚ ਆ ਗਏ ਆ ਮੁੱਖ ਮੰਤਰੀ ਸਾਹਿਬ ਨੇ ਆਣ ਕੇ ਪ੍ਰਚਾਰ ਕੀਤਾ ਪਰ 30 ਦਿਨਾਂ ਦੇ ਵਿੱਚ ਵਿੱਚ ਇਦਾਂ ਉਲਟਫੇਰ ਹੋ ਜਾਊਗਾ ਠੀਕ ਹੈ ਜਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਜਿੱਤੇ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸੰਗਰੂਰ ਦੇ ਵਿੱਚੋਂ ਉਦੋਂ ਕਈ ਫੈਕਟਰ ਸਨ ਸਭ ਤੋਂ ਵੱਡਾ ਫੈਕਟਰ ਸਿੱਧੂ ਮੂਸੇ ਵਾਲੇ ਦੇ ਕਤਲ ਦਾ ਸੀ ਇੱਕੋ ਦਮ ਸਾਰੀਆਂ ਚੀਜ਼ਾਂ ਦਾ ਪ੍ਰਭਾਵ ਜਿਹੜਾ ਉਹ ਪੈ ਗਿਆ ਸੀ ਪਰ ਐਤਕੀ ਤੱਕ ਕੁਝ ਵੀ ਵੱਡਾ ਨਹੀਂ ਸੀ ਹੋਇਆ ਇਦ ਕੀਤਾ ਇਦਾਂ ਦੀ ਕੋਈ ਵੀ ਸਿਆਸੀ ਪਰਲੋ ਆਈ ਨਹੀਂ ਸੀ ਸੰਧਾਲੀਆ ਸਾਹਿਬ ਕਿ ਭਾਈ ਬਾਕੀ ਸਾਰੇ ਕੈਂਡੀਡੇਟਾਂ ਦੀਆਂ ਵੋਟਾਂ ਵੀ ਆਮ ਆਦਮੀ ਪਾਰਟੀ ਦੇ ਮਹਿੰਦਰ ਭਗਤ ਤੋਂ 15000 ਘੱਟ ਰਹਿ ਗਈਆਂ ਇਹ ਗੱਲ ਠੀਕ ਹੈ ਤੁਹਾਡੀ ਵਟਸਐਪ ਦੇਖੋ ਇਹ ਤਾਂ ਹੁਣ ਜਿਹੜੇ ਜਲੰਧਰ ਵੈਸਟ ਹਲਕੇ ਦੇ ਲੋਕ ਨੇ ਉਹ ਜ਼ਿਆਦਾ ਬੈਟਰ ਦੱਸ ਸਕਦੇ ਆ ਕਿ ਉਹਨਾਂ ਨੇ ਕਿਹੜੀ ਚੀਜ਼ ਕਿੱਥੇ ਜੱਜ ਕੀਤੀ ਕਿੱਥੇ ਉਹਨਾਂ ਨੇ ਆਪਣਾ ਫੈਸਲਾ ਬਦਲਿਆ ਜਾਂ ਕਿਉਂ ਬਦਲਿਆ ਦੂਜੀ ਗੱਲ ਇਹ ਆ ਵੀ ਇਹ ਤੇ ਸਿਆਸੀ ਅੰਦਾਜ਼ਾ ਹੀ ਆ ਤੁਸੀਂ ਦੇਖੋ ਵੀ ਕੱਲ ਜਦੋਂ ਆਪਾਂ ਇਲੈਕਸ਼ਨ ਰਿਜ਼ਲਟ ਦੀ ਗੱਲ ਕਰਦੇ ਸੀਗੇ ਤੇ ਉਦੋਂ ਇਲੈਕਸ਼ਨ ਰਿਜ਼ਲਟ ਦੀ ਗੱਲ ਕਰਦਿਆਂ ਕਰਦਿਆਂ ਮੈਂ ਤੁਹਾਨੂੰ ਤੁਸੀਂ ਕਹਿੰਦੇ ਸੀ ਵੀ ਮੇਰਾ ਖਿਆਲ 35-38 ਹਜ਼ਾਰ ਵੋਟਾਂ ਮਿਲਣਗੇ ਜਿਹੜਾ ਬੰਦਾ ਜਿੱਤੂਗਾ ਤੇ ਮੈਂ ਤੁਹਾਨੂੰ ਥੋੜੇ ਜੇ ਜਦੋਂ ਗਿਣਤੀ ਸਾਹਮਣੇ ਆਈ ਸੀ ਮੈਂ ਕਹੇ ਸੀ ਵੀ WhatsApp ਵੀ ਇਹ ਇਹ ਇੱਕ ਆਵਾਜ਼ ਦੇਣਾ ਜੀ ਤੇ ਹੁਣ ਤੁਸੀਂ ਦੇਖੋ ਵੀ ਜਿੰਨੀਆਂ ਵੋਟਾਂ ਮਿਲਣ ਦੀ ਆਪਾਂ ਹਾਸ ਕਰਦੇ ਸੀ ਉੰਨੀ ਲੀਡ ਦੇ ਨਾਲ ਭਗਤੂਰੀ ਜਿੱਤ ਗਈ ਹੁਣ ਇਹ ਜਿਹੜੀਆਂ ਵੋਟਾਂ ਨੇ ਇਹ ਘਟੀਆਂ ਜੇ ਤਾਂ ਉਹਨੂੰ ਦੱਸਿਆ ਠੀਕ ਹੈ ਕਾਂਗਰਸ ਦੀਆਂ ਕਟੀਆਂ, ਭਾਜਪਾ ਦੀਆਂ ਕਟੀਆਂ, ਬਾਕੀ ਤਾਂ ਚਲੋ ਦੂਜੀਆਂ ਪਾਰਟੀਆਂ ਨਾਲ ਤੇ ਉਹ ਕਿਤੇ ਕਿੰਨੀਆਂ 100, 150, 200 ਨਾਲ ਫਰਕ ਪੈਂਦਾ ਪਰ ਇੱਕ ਚੀਜ਼ ਮੈਨੂੰ ਜਿਹੜੀ ਮੇਜਰ ਇਹਦੇ 'ਚ ਲੱਗਦੀ ਏ ਉਹ ਇਹ ਆ ਕਿ ਜੇ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤੇ ਆਮ ਆਦਮੀ ਪਾਰਟੀ ਵਾਲਿਆਂ ਨੇ ਇਸ ਚੋਣ ਨੂੰ ਬਕਾਰੀ ਸਵਾਲ ਬਣਾ ਲਿਆ ਸੀ ਖਾਸ ਕਰਕੇ ਮੁੱਖ ਮੰਤਰੀ ਸਾਹਿਬ ਦੇ ਪੱਖ ਤੋਂ ਕਿਉਂਕਿ ਜਿਸ ਦਿਨ ਉਹਨਾਂ ਨੇ ਕਹਿਤਾ ਸੀ ਵੀ ਮੈਂ ਚੰਡੀਗੜ੍ਹੋਂ ਆ ਗਿਆ ਕੋਠੀ ਮੈਂ ਲੈ ਲਈ ਪਰਵਾਰ ਇੱਥੇ ਮੈਂ ਇੱਥੇ ਰਹਿਣਾ ਜਿਹੜਾ ਵੀ ਕੋਈ ਕਾਮਯਾਬੀ ਮੇਰੀ ਤੁਸੀਂ ਸਿਧਾਂਤ ਕੇ ਮੇਰੀ ਕੋਠੀ ਵੱ ਆਪਣਾ ਕੰਮ ਕਰਾ ਲਿਓ ਉਦੋਂ ਹੀ ਥੋੜਾ ਜਿਹਾ ਇਹ ਅੰਦਾਜ਼ਾ ਲੱਗਣ ਲੱਗ ਪਿਆ ਸੀ ਕਿ ਜੋ ਕੁਝ ਹੋ ਗਿਆ ਲੋਕ ਸਭਾ ਚੋਣਾਂ ਚ ਹੋ ਗਿਆ ਹੁਣ ਇਸ ਜਿਮਨੀ ਚੋਣ ਜਾਂ ਆਉਣ ਵਾਲੀਆਂ ਜਿਮਨੀ ਚੋਣਾਂ ਦੇ ਵਿੱਚ ਕੋ ਖਤਾਖਾਨ ਵਾਲੇ ਹੈ ਨਹੀਂ ਆਮ ਆਦਮੀ ਪਾਰਟੀ ਵਾਲੇ ਉਹ ਪੂਰਾ ਤਾਨ ਪੂਰਾ ਜ਼ੋਰ ਲਾਉਣਗੇ ਉਹ ਪੂਰਾ ਤਾਨ ਪੂਰਾ ਜ਼ੋਰ ਲੱਗਾ ਇਹਦੇ ਵਿੱਚ ਇੱਕ ਪੱਖੇ ਵੀ ਆਮ ਤੌਰ ਤੇ ਵਿਰੋਧੀ ਕਹਿ ਦਿੰਦੇ ਹੁੰਦੇ ਐਡੋ ਸਹੀ ਵੀ ਆ ਕਿ ਜਿਹਦੀ ਸਰਕਾਰ ਹੋਵੇ ਜਿਹਦੇ ਕੋਲੇ ਤੰਤਰ ਹੋਵੇ ਤਾਕਤ ਹੋਵੇ ਥੋੜਾ ਜਿਹਾ ਅਪਰ ਹੈਂਡ ਤੇ ਉਹਨਾਂ ਦਾ ਹੁੰਦਾ ਪਰ ਇੱਥੇ ਅਪਰ ਹੈਂਡ ਤੋਂ ਵੀ ਕੰਮ ਲੰਘ ਗਿਆ ਕਿਉਂਕਿ ਦੂਸਰੇ ਪਾਸੇ ਜਿਹੜੀ ਟੱਕਰ ਸੀ ਉਹ ਬੜੀ ਦੂਰ ਰਹਿ ਗਈ ਦੂਜੀ ਗੱਲ ਮੈਨੂੰ ਇਹ ਵੀ ਲੱਗਦੀ ਹੈ ਵਟਸਐਪ ਕੇ ਵੀ ਜਿਹੜਾ ਕੈਂਡੀਡੇਟ ਆ ਨਾ ਉਹਦਾ ਵੀ ਬਹੁਤ ਅਸਰ ਪੈਂਦਾ ਹੁਣ ਜੇ ਮੰਨ ਲਓ ਆਪਾਂ ਲੋਕ ਸਭਾ ਚੋਣਾਂ ਦੀ ਗੱਲ ਕਰਦੇ ਆ ਤੇ ਚੰਨੀ ਸਾਹਿਬ ਸੀਗੇ ਚੰਨੀ ਸਾਹਿਬ ਮਤਲਬ ਸਾਬਕਾ ਮੁੱਖ ਮੰਤਰੀ ਪੰਜਾਬ ਹੁਣ ਉਸ ਚਿਹਰੇ ਦਾ ਉਸ ਕਦ ਬੁੱਦ ਦਾ ਲੀਡਰ ਜਦੋਂ ਉੱਥੇ ਵਿਚਰਦਾ ਉਦੋਂ ਲੋਕ ਕਿਸੇ ਹੋਰ ਤਰ੍ਹਾਂ ਵੋਟ ਪਾਉਂਦੇ ਨੇ ਜਦੋਂ ਹੁਣ ਉਸ ਹਲਕੇ ਦੀ ਗੱਲ ਕਰਦੇ ਆ ਹੁਣ ਜੇ ਆਪਾਂ ਭਗਤ ਸਾਹਿਬ ਦੀ ਗੱਲ ਕਰੀ ਤੇ ਭਗਤ ਸਾਹਿਬ ਦੇ ਪਿਤਾ ਜੀ ਵੀ ਉਹ ਵੀ ਲੰਬੇ ਸਮੇਂ ਤੋਂ ਇੱਥੋਂ ਇਲੈਕਸ਼ਨ ਲੜਦੇ ਰਿਹਾ ਜਿੱਤਦੇ ਰਿਹਾ ਲੰਮਾ ਉਹਨਾਂ ਦਾ ਸਿਆਸੀ ਜੀਵਨ ਹੈ ਮਹਿੰਦਰ ਭਗਤੂਰੀ ਵੀ ਵਿਚਰਦੇ ਰਿਹਾ ਉੱਥੇ ਲੋਕਾਂ ਦੇ ਵਿੱਚ ਹੁਣ ਮੈਨੂੰ ਲੱਗਦਾ ਵੀ ਉਸ ਚੀਜ਼ ਦਾ ਅਸਰ ਪ੍ਰਭਾਵ ਤੇ ਸੀਗਾ ਭਾਵੇਂ ਉਹ ਸਾਰਾ ਕੁਝ ਉਸ ਪਰਿਵਾਰ ਨੇ ਬੀਜੇਪੀ 'ਚ ਰਹਿੰਦਿਆਂ ਕੀਤਾ ਤੇ ਜਦੋਂ ਹੁਣ ਜਦੋਂ ਮੌਕਾ ਮਿਲਿਆ ਲੋਕਾਂ ਨੂੰ ਉਦੋਂ ਕਿਸੇ ਵੇਲੇ ਹੁੰਦਾ ਵੀ ਬੰਦਾ ਉਹ ਉਹ ਗੱਲਾਂ ਨਹੀਂ ਸੋਚਦਾ ਵੀ ਯਾਰ ਕਿਹੜੀ ਪਾਰਟੀ 'ਚ ਇਹ ਬੰਦਾ ਹੁਣ ਕਿਹੜੀ ਪਾਰਟੀ 'ਚ ਨਹੀਂ ਆ ਉਹਨਾਂ ਨੇ ਦੇਖਿਆ ਹੋਊਗਾ ਵੀ ਨੇ ਵੀ ਭਗਤ ਪਰਿਵਾਰ ਦੀ ਬਥੇਰੀ ਸੇਵਾ ਆਪਾਂ ਕੋਈ ਨਾ ਇੱਕ ਰਾਮ ਭਗਤ ਜੀ ਨੂੰ ਜਿਤਾ ਕੇ ਦੇਖੀਏ ਉਹ ਵੀ ਮੈਨੂੰ ਲੱਗਦਾ ਵੀ ਇੰਡੀਵਿਜੂਅਲ ਫੈਕਟਰ ਇੱਕ ਲੋਕ ਇੱਕ ਕੈਂਡੀਡੇਟ ਦੇ ਪੁਆਇੰਟ ਹੋਈ ਤਾਂ ਉਹ ਵੀ ਭਗਤ ਜੀ ਦੇ ਕੰਮ ਆਇਆ ਲੱਗਦਾ ਦੇਖੋ ਇਹ ਗੱਲ ਠੀਕ ਹੈ ਤੁਹਾਡੀ ਅਸੀਂ ਕੁੱਲ ਮਿਲਾ ਕੇ ਇਹ ਸਪਸ਼ਟ ਕਰਦੀ ਵੈਸੇ ਦੱਸਣ ਦੀ ਲੋੜ ਨਹੀਂ ਕਿ ਕੁੱਲ 54% ਵੋਟ ਭਜਲੰਦਰ ਪੱਛਮੀ ਹਲਕੇ ਚੋਂ ਪੋਲ ਹੋਈ ਸੀ 55000 ਵੋਟਾਂ ਲੈ ਕੇ ਆਮ ਆਦਮੀ ਪਾਰਟੀ ਦੇ ਮਹਿੰਦਰ ਭਗਤ ਸਾਹਿਬ ਜੇਤੂ ਰਹੇ ਨੇ ਇਹ ਤਕਰੀਬਨ ਸ਼ਬਦੇ ਦੇ ਵਿੱਚ ਲਾ ਲਿਓ ਉਦੇ ਤੋਂ ਬਾਅਦ ਦੂਸਰਾ ਨੰਬਰ ਭਾਰਤੀ ਜਨਤਾ ਪਾਰਟੀ ਦਾ ਆਇਆ। ਛੀਤਲੰਗਰਾਲ ਸਾਹਿਬ ਨੇ ਤਕਰੀਬਨ 17000 ਵੋਟਾਂ ਪ੍ਰਾਪਤ ਕੀਤੀਆਂ। ਤੀਸਰੇ ਨੰਬਰ ਤੇ ਉੱਤੇ ਕਾਂਗਰਸ ਪਾਰਟੀ ਦੇ ਬੀਬੀ ਸੁਰਿੰਦਰਕੌਰ ਰਹੇ ਨੇ। ਚੌਥਾ ਨੰਬਰ ਅਕਾਲੀ ਦਲ ਦੇ ਚੋਣ ਨਿਸ਼ਾਨ ਤੇ ਲੜੇ ਪਰ ਅਕਾਲੀ ਦਲ ਨੇ ਮਦਦ ਨਹੀਂ ਸੀ ਕੀਤੀ ਬੀਬੀ ਸੁਰਜੀਤਕੌਰ ਦੀ ਚੌਥਾ ਉਹਨਾਂ ਦਾ। ਪੰਜਵਾਂ ਨੰਬਰ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਜਿਹੜੇ ਵਿੰਦਰ ਕੁਮਾਰ ਹੋਰੀ ਨੇ ਉਹਨਾਂ ਦਾ ਰਿਹਾ। ਨੋਟਾਂ ਨੂੰ ਚੰਗੀਆਂ ਵੋਟਾਂ ਜਿਹੜੀਆਂ ਉਹ ਪੈ ਗਈਆਂ ਕੁੱਲ ਮਿਲਾ ਕੇ ਹਾਲਾਤ ਇਦਾਂ ਦੇ ਰਹਿ ਜਲੰਧਰ ਪੱਛਮੀ ਹਲਕੇ ਦੇ ਤੇ ਸੰਧਾਲੀਆ ਸਾਹਿਬ ਜਿਹੜੀ ਗੱਲ ਤੁਸੀਂ ਹੁਣ ਆਖੀ ਹੈ ਮੈਂ ਇਹ ਗੱਲ ਸਪਸ਼ਟ ਕਰਦੇ ਆ ਕਿ ਹੁਣ ਹਰ ਇੱਕ ਸਿਆਸੀ ਪਾਰਟੀ ਦੀ ਲੀਡਰਸ਼ਿਪ ਤੇ ਅਸਰ ਪੈਣਾ ਆਪਾਂ ਅੱਗੇ ਜਾ ਕੇ ਵਿਸਾਰ ਦੇ ਵਿੱਚ ਚਰਚਾ ਕਰਾਂਗੇ ਦੂਜੇ ਤੀਜੇ ਥਾਂ ਦਾ ਮੁਕਾਬਲਾ ਤੀਸਰੇ ਚੌਥੇ ਪੰਜਵੇਂ ਥਾਂ ਦਾ ਮੁਕਾਬਲਾ ਉਹ ਡੀਟੇਲ ਦੇ ਵਿੱਚ ਗੱਲ ਕਰਾਂਗੇ ਪਰ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੇ ਵੋਟਰਾਂ ਨੇ ਇੱਕ ਗੱਲ ਸਪਸ਼ਟ ਕਰਤੀ ਕਿ ਪੰਜਾਬ ਦਾ ਵੋਟਰ ਕਿਸੇ ਨਾਲ ਬੱਧਾ ਨਹੀਂ ਪੰਜਾਬ ਦੇ ਵੋਟਰ ਨੂੰ ਕਿਸ ਨੇ ਮੁੱਲ ਨਹੀਂ ਖਰੀਦ ਲਿਆ ਚਾਹੇ ਉਹ ਹਲਕਾ ਪਿੰਡੂ ਹੈ ਤੇ ਚਾਹੇ ਉਹ ਸ਼ਹਿਰੀ ਹੈ ਇਦਾਂ ਨਾ ਕੋਈ ਬੰਦਾ ਸਮਝੋ ਕਿ ਭਾਈ ਉਹ ਤਾਂ ਸਾਡੇ ਪੱਕੇ ਬੰਦੇ ਨੇ ਨਾ ਵੋਟਰ ਮਿੰਟ ਦੇ ਵਿੱਚ ਆਪਣਾ ਫੈਸਲਾ ਬਦਲਦਾ ਉਹ ਕੈਂਡੀਡੇਟ ਨੂੰ ਵੀ ਦੇਖਦਾ ਉਹ ਪ੍ਰਚਾਰ ਦੇ ਢੰਗ ਨੂੰ ਵੀ ਦੇਖਦਾ ਉਹ ਇਹ ਵੀ ਦੇਖਦਾ ਕਿ ਭਾਈ ਫੌਰੀ ਤੌਰ ਦੇ ਉੱਤੇ ਸਾਡੀਆਂ ਮੁਸ਼ਕਲਾਂ ਨੂੰ ਐਡਰੈਸ ਕਰ ਕੌਣ ਸਕਦਾ ਮੈਨੂੰ ਤਾਂ ਇਹੀ ਜਾਪਦਾ ਬਾਕੀ ਤੁਸੀਂ ਦੱਸ ਦਿਓ ਨਿਕਲ ਠੀਕ ਹੈ ਬਾਸ ਸਾਹਿਬ ਇਹ ਇਹ ਚੀਜ਼ ਹੈਗੀ ਹੈ ਮੈਨੂੰ ਲੱਗਦਾ ਵੀ ਹੁਣ ਇੱਥੇ ਮਹਿੰਦਰ ਭਗਤ ਧਰਾਂ ਦੇ ਉੱਪਰ ਜ਼ਿੰਮੇਵਾਰੀ ਜ਼ਿਆਦਾ ਆ ਗਈ ਕਿਉਂਕਿ ਬਾਕੀ ਐਮਐਲਏ ਜਿਹੜੇ ਚੁਣੇ ਸੀ ਆਮ ਆਦਮੀ ਪਾਰਟੀ ਦੇ ਉਹਨਾਂ ਕੋਲੇ 5 ਸਾਲ ਦਾ ਸਮਾਂ ਉਹਨਾਂ ਦੀ ਜਿਹੜੀ ਰਿਪੋਰਟ ਹੈ ਉਹ ਬਣਨੀ 5 ਸਾਲਾਂ ਦੇ ਆਧਾਰ ਨਾਲ ਤੇ ਜੇ ਆਪਾਂ ਮਹਿੰਦਰ ਭਗਤ ਧਰਾਂ ਦੀ ਗੱਲ ਕਰੀਏ ਤੇ ਇੱਕ ਤਰ੍ਹਾਂ ਦੇ ਸਿਆਸੀ ਕਰੀਅਰ ਦੀ ਸ਼ੁਰੂਆਤ ਜਲੰਧਰ ਵੈਸਟ ਵਾਲਿਆਂ ਨੇ ਉਹਨਾਂ ਦੀ ਕਰ ਦਿੱਤੀ ਪਿਆਓ ਜਹੀਂ ਤੁਹਾਨੂੰ ਐਮਐਲਏ ਬਣਾ ਤਾਂ ਕੰਮ ਕਰਕੇ ਦਿਖਾਓ ਹੁਣ ਬਚੇ 2 ਕੁ ਸਾਲ ਹੀ ਹੁੰਦੇ ਆ ਮਗਰਲੇ ਵੀ ਆਪਾਂ 6 ਮਹੀਨੇ ਕੱਢ ਦ ਤੇ ਫਿਰ ਹੋ ਸਕਦਾ ਕਿ ਜਿਹੜੀ ਭਗਤ ਪਰਿਵਾਰ ਦੀ ਸਿਆਸਤ ਉਥੋਂ ਚੱਲਦੀ ਆਉਂਦੀ ਆ ਲੋਕ ਉਹਨੂੰ ਕੰਟੀਨਿਊ ਕਰ ਲੈਣ ਨਹੀਂ ਤੇ ਅਦਰਵਾਈਜ਼ ਤੁਸੀਂ ਜਿਹੜਾ ਸ਼ਬਦ ਵਰਤਿਆ ਸੀ ਉਹੀ ਸੱਚ ਹੋ ਜਣਾ ਕਿ ਲੋਕ ਕਿਸੇ ਦੇ ਬੱਝੇ ਨਹੀਂ ਹੁੰਦੇ ਸੰਧਾਲੀਆ ਸਭ ਗੱਲ ਇਦਾਂ ਕਿ ਕੋਈ ਬੰਦਾ ਆਖ ਸਕਦਾ ਕਿ ਆਮ ਆਦਮੀ ਪਾਰਟੀ ਜਿੱਤ ਗਈ ਪਰ ਅਸੀਂ ਇਹ ਜ਼ਰੂਰ ਬੇਨਤੀ ਕਰਦੇ ਹਾਂ ਕਿ ਪੰਜਾਬ 'ਚ ਜੇ ਕੰਮ ਕਰਨ ਵਾਲੇ ਬਹੁਤ ਪਏ ਆ ਗਾਹਾਂ ਨੂੰ ਚਾਰ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਇਕੱਠੀਆਂ ਆਉਣੀਆਂ ਆ ਮੁੜ ਕੇ ਹੋਰ ਵੋਟਾਂ ਇਕੱਠੀਆਂ ਆਉਣੀਆਂ ਹਰ ਜਗ੍ਹਾ ਦੇ ਉੱਤੇ ਜਾ ਕੇ ਮੁੱਖ ਮੰਤਰੀ ਸਾਹਿਬ ਆਪ ਨਹੀਂ ਬਹਿ ਸਕਦੇ ਮੁੱਖ ਮੰਤਰੀ ਸਾਹਿਬ ਆਪ ਨਹੀਂ ਬੋਲ ਸਕਦੇ ਕੰਮ ਬੋਲਣੇ ਚਾਹੀਦੇ ਆ ਪੰਜਾਬ ਦੇ ਲੋਕਾਂ ਦੇ ਦੁੱਖ ਤਰਦ ਦੂਰ ਹੋਣੇ ਚਾਹੀਦੇ ਆ ਵੋਟਾਂ ਆਪੇ ਪੈ ਜਾਣ ਹੁਣ ਚਰਨਜੀਤ ਸਿੰਘ ਚੰਨੀ ਸਾਹਿਬ ਦੇ ਲਈ ਬਹੁਤ ਵੱਡਾ ਝਟਕਾ ਦੂਸਰੇ ਨੰਬਰ ਦੀ ਵੱਡੀ ਜਿੱਤ ਸੀ ਉਹਨਾਂ ਦੀ ਜੇ ਆਪਾਂ ਦੇਖੀਏ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਸਰਦਾਰ ਅਮਰਿਤਪਾਲ ਸਿੰਘ ਹੋਰਾਂ ਤੋਂ ਬਾਅਦ ਜੇ ਕਿਸੇ ਨੇ ਪੌਣੇ 2 ਲੱਖ ਤੋਂ ਵੀ ਵੱਧ ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਤਾਂ ਉਹ ਜਲੰਧਰੋਂ ਕਾਂਗਰਸੀ ਐਮਪੀ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਤੇ ਇਹ ਸਾਲ ਕੇ ਤੋਂ ਵੀ 1500 ਵੋਟਾਂ ਉਹਨਾਂ ਦੀ ਬੀਜੇਪੀ ਤੋਂ ਵੱਧ ਸੀ ਪਰ ਜਿਸ ਤਰੀਕੇ ਸਿੱਧਾ ਖਿਸਕੀਆ ਕਾਂਗਰਸ ਪਾਰਟੀ ਤੀਸਰੇ ਤੇ ਪਹਿਲੇ ਤੋਂ ਬੀਜੇਪੀ ਵੀ ਉਹਨਾਂ ਤੋਂ 11-1200 ਵੋਟਾਂ ਅੱਗੇ ਵੱਧ ਗਈ ਬੀਬੀ ਸੁਰਿੰਦਰ ਕੌਰ ਹੋਰਾਂ ਦੀਆਂ ਵੋਟਾਂ ਸਿਰਫ 16000 ਨਿਕਲੀਆਂ ਹੁਣ ਸੰਧਾਲੀਆ ਸਾਬ ਕੀ ਇਕ ਕਾਂਗਰਸ ਪਾਰਟੀ ਦਾ ਕੋ ਅੰਦਰਲਾ ਰੌਲਾ ਕੀ ਉਹ ਮੁਹਿੰਮ ਠੀਕ ਤਰੀਕੇ ਨਹੀਂ ਚਲਾ ਸਕੇ ਕੀ ਮਾਣ ਦੇ ਵਿੱਚ ਹੀ ਬਹੁਤਾ ਆ ਗਿਆ ਸੀ ਜਣੀ ਭਾਰਤੀ ਜਨਤਾ ਪਾਰਟੀ ਦੀਆਂ ਵੋਟਾਂ ਘਟੀਆਂ ਬਹੁਤ ਨਹੀਂ 42000 ਤੋਂ ਉਹ 17000 ਵੋਟਾਂ ਤੇ ਆਏ ਆ ਪਰ ਫੇਰ ਵੀ ਪੰਜਾਬ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਦਿੱਲੀ ਜਾ ਕੇ ਕਹਿਣ ਜੋਗੀ ਆ ਜੀ ਅਸੀਂ ਦੂਜੇ ਨੰਬਰ ਤੇ ਆਏ ਆ ਅਸੀਂ ਕਾਂਗਰਸ ਪਾਰਟੀ ਦੇ ਨਾਲੋਂ ਵੀ ਵੱਧ ਵੋਟਾਂ ਲਈਆਂ ਬਹੁਤ ਲੰਬਾ ਸਮਾਂ ਜਾਨੀ 13 ਫੇਜ਼ਾਂ ਦੇ ਵਿੱਚੋਂ ਮੈਨੂੰ ਲੱਗਦਾ ਕਿ 7ਵੇਂ 8ਵੇਂ 9ਵੇਂ ਫੇਜ਼ ਤੱਕ 9ਵੇਂ ਫੇਜ਼ ਤੱਕ ਹੀ ਜਦੋਂ 70% ਵੋਟਾਂ ਗਿਣੀਆਂ ਜਾ ਚੁੱਕੀਆਂ ਸੀ ਬੀਬੀ ਸੁਰਿੰਦਰਕੌਰ ਅੱਗੇ ਸੀ ਸ਼ੀਤਲنگਰਾਲ ਸਾਹਿਬ ਪਿੱਛੇ ਸਨ ਪਰ ਆਖਰੀ ਤਿੰਨ ਕ੍ਰੇਡਾਂ ਦੇ ਵਿੱਚ ਜਾ ਕੇ ਸ਼ੀਤਲنگਰਾਲ ਹੋਰਾਂ ਨੇ ਦੂਸਰੇ ਨੰਬਰ ਦੇ ਉੱਤੇ ਆ ਕੇ ਬਾਜ਼ੀ ਮਾਰ ਲਈ ਹੁਣ ਭੜਕ ਨੂੰ ਮੈਂ ਇਹ ਤਾਂ ਜ਼ਿਆਦਾ ਇੰਪੋਰਟੈਂਟ ਇਸ ਮੁੱਦੇ ਨੂੰ ਮੰਨਦਾ ਜਲੰਧਰ ਦੇ ਵਿੱਚ ਲੁਧਿਆਣੇ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਮੁਹਾਲੀ ਦੇ ਵਿੱਚ ਇੱਥੇ ਸਾਰੇ ਨਿਗਮ ਚੋਣਾਂ ਵੀ ਹੋਣੀਆਂ ਨਿਗਮ ਚੋਣਾਂ ਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਭਾਜਪਾ ਵੀ ਸ਼ਹਿਰਾਂ ਦੇ ਵਿੱਚ ਬੜੀ ਇੰਪੋਰਟੈਂਟ ਹੈ ਤੇ ਮਹੱਤਵਪੂਰਨ ਕਾਂਗਰਸ ਵੀ ਬੜੀ ਹੈ ਤੇ ਜੇ ਕਾਂਗਰਸ ਪਾਰਟੀ ਨੂੰ ਪਛਾਣ ਛੱਡ ਕੇ ਭਾਰਤੀ ਜਨਤਾ ਪਾਰਟੀ ਭਾਵੇਂ 11-1200 ਵੋਟਾਂ ਦੇ ਫਰਕ ਦੇ ਨਾਲ ਹੀ ਦੂਸਰੇ ਨੰਬਰ ਤੇ ਉੱਤੇ ਰਹੀ ਹੈ ਵੋਟਾਂ ਬਹੁਤ ਘਟੀਆਂ ਪਰ ਇਹਦੇ ਅਸਰ ਤਾਂ ਪਹਿਣਗੇ ਨਾ ਕਿਤੇ ਨਾ ਕਿਤੇ ਨੇ ਅਸਰ ਪੂਰੇ ਪਹਿਣਗੇ ਵਾਰ ਸਾਹਿਬ ਇੱਕ ਗੱਲ ਤੇ ਪੱਕੀ ਆ ਜੇ ਆਪਾਂ ਪੰਜਾਬ ਦੀ ਸਿਆਸਤ ਦੇ ਵਿੱਚ ਲੜਨ ਵਾਲੀਆਂ ਧਿਰਾਂ ਦੀ ਗੱਲ ਕਰ ਲਈਏ ਤੇ ਹੁਣ ਤੱਕ ਲੜਨ ਵਾਲੀਆਂ ਧਿਰਾਂ 2022 ਤੋਂ ਆਪਾਂ ਪਹਿਲਾਂ ਦੀ ਗੱਲ ਕਰ ਲਈਨੇ ਉਹ ਕਾਂਗਰਸ ਪਾਰਟੀ ਹੁੰਦੀ ਸੀ ਜਾਂ ਸ਼੍ਰੋਮਣੀ ਅਕਾਲੀ ਦਲ ਹੁੰਦਾ ਸੀ ਹਾਂ ਭਾਜਪਾ ਠੀਕ ਨਾਲ ਸੀ ਪਰ ਇੱਕ ਧਿਰ ਨਹੀਂ ਸੀ ਪੂਰੀ ਵੱਡੀ ਉਹ ਉਹਨਾਂ ਦੇ ਸਾਥੀ ਸੀ ਜਿਹਦਾ ਨਿੱਕੇ ਭਰਾ ਦੇ ਤੌਰ ਤੇ ਆਪਾਂ ਕਹਿ ਲਈਏ ਉਹਦੇ ਤੋਂ ਬਾਅਦ ਜਿੱਦਾਂ ਸਾਰਾ ਕੁਝ ਚੇਂਜ ਹੁੰਦਾ 2022 ਦੇ ਵਿੱਚ ਜਿਵੇਂ ਲੋਕਾਂ ਨੇ ਬਿਲਕੁਲ ਇਹਦਾ ਰੋਟੀ ਨਹੀਂ ਥਾਲ ਦਿੰਦੀਆਂ ਬੀਬੀਆਂ ਤਵੇ ਦੇ ਉੱਤੇ ਪਹਿਲਾਂ ਇੱਕ ਪਾਸਾ ਸਿੱਗ ਗਿਆ ਤੇ ਦੂਜਾ ਨਾਲ ਹੀ ਮੂਦਾ ਮਾਰ ਦੇਣਾ ਉਹ ਜਿੱਦਾਂ ਮੁੱਦਾ ਵਾਰਿਆ ਉਹਦੇ ਤੋਂ ਬਾਅਦ ਤੁਸੀਂ ਦੇਖੋ ਵੀ ਆ ਲੰਗੀਆਂ 2024 ਵਾਲੀਆਂ ਇਲੈਕਸ਼ਨਾਂ ਲੋਕ ਸਭਾ ਦੀਆਂ ਤੇ ਆ ਹੁਣ ਜਿਮਨੀ ਚੋਣ ਦੀ ਸ਼ੁਰੂਆਤ ਅਜੇ ਪਹਿਲੀ ਹੋਈ ਹੈ ਚਾਰ ਅਜੇ ਬਾਕੀ ਨੇ ਪਹੁੰਚ 31 ਸਤੰਬਰ ਤੱਕ ਉਹ ਵੀ ਹੋ ਜਾਣੀਆਂ ਉਹਦੇ 'ਚ ਹੁਣ ਲੜਨ ਵਾਲੀਆਂ 13 ਜਿਹੜੀਆਂ ਉਹ ਨਵੀਆਂ ਹੋ ਗਈਆਂ ਆਮ ਆਦਮੀ ਪਾਰਟੀ ਆ ਗਈ ਦੂਸਰੇ ਪਾਸੇ ਬੀਜੇਪੀ ਆ ਗਈ ਜੇ ਆਪਾਂ ਦੂਸਰੇ ਨੰਬਰ ਤੇ ਇਹਦੇ ਹਿਸਾਬ ਨਾਲ ਗੱਲ ਕਰੀਏ ਵੀ ਪਹਿਲੇ ਦੋ ਥਾਵਾਂ ਤੇ ਰਹਿਣ ਵਾਲੀ ਪਾਰਟੀ ਹਾਂ ਜੇ ਕੋਈ ਕਹੇ ਕਿ ਕਾਂਗਰਸ ਪਛੜ ਗਈ ਠੀਕ ਆ ਪਛੜ ਗਈ ਪਰ ਉਹ ਲੜਨ ਵਾਲੀ 13 ਜੇ ਹੈਗੀ ਇਹਦਾ ਮਤਲਬ ਇਹ ਹੋ ਗਿਆ ਕਿ ਤਿੰਨ ਧਿਰ ਮੁਕਾਬਲਾ ਤੇ ਕਨਫਰਮ ਹੋ ਗਿਆ ਇਹਦੇ ਵਿੱਚ ਚੌਥੀ ਧਿਰ ਸ਼੍ਰੋਮਣੀ ਅਕਾਲੀ ਦਲ ਸਭ ਤੋਂ ਇੰਪੋਰਟੈਂਟ ਧਿਰ ਜਿਹੜੀ ਕਿ ਪੰਜਾਬ ਦੀ ਖੇਤਰੀ ਪਾਰਟੀ ਹੈ ਉਹਦਾ ਇੰਨਾ ਪਛੜ ਜਾਣਾ ਤੇ ਖਾਸ ਕਰਕੇ ਐਸ ਜੇ ਆਪਾਂ ਜਿੰਨੀ ਚੋਂਦੇ ਨਤੀਜਿਆਂ ਦੀ ਗੱਲ ਕਰ ਲਈ ਵੀ ਬਸਪਾ ਨੂੰ ਇੱਕ ਪਾਸੇ ਉਹਨਾਂ ਨੇ ਸਮਰਥਨ ਦਿੱਤਾ ਆਪਾਂ ਇਦਾਂ ਕਹਿ ਲਈ ਵੀ ਦੋ ਪੋਲੀਟੀਕਲ ਪਾਰਟੀਆਂ ਦਾ ਕੈਂਡੀਡੇਟ ਉਹ ਬਿਲਕੁਲ ਹੀ ਪਛੜ ਕੇ ਦੇ ਪੰਜਵੇਂ ਨੰਬਰ ਤੇ ਚਲੇ ਜਾਵੇ ਇਤੋਂ ਤੁਸੀਂ ਆਪ ਅੰਦਾਜ਼ਾ ਲਾਓ ਕਿ ਵੀ ਐਸ ਵਕਤ ਪੰਜਾਬ ਦੇ ਵਿੱਚ ਲੜਨ ਵਾਲੀਆਂ ਸਿਆਸੀ ਧਿਰਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਕਿੰਨਾ ਫਰਕ ਆ ਗਿਆ ਤੇ ਜੇ ਇਸ ਫਰਕ ਨੂੰ ਅਜੇ ਵੀ ਵੱਖ-ਵੱਖ ਪੋਲਿਟਿਕਲ ਪਾਰਟੀਆਂ ਦੇ ਲੀਡਰ ਸਾਹਿਬਾਨ ਨਹੀਂ ਤਰਾਜ਼ੂ 'ਚ ਪਾ ਕੇ ਤੋਲਣਗੇ ਜਾਂ ਕਾਪੀ ਤੇ ਲੀਕ ਮਾਰ ਕੇ ਜਮ੍ਹਾਂ ਘਟਾਓ ਕਰਨਗੇ ਤੇ ਫਿਰ ਹੋ ਸਕਦਾ ਕਿ ਆਉਂਦੀਆਂ ਜ਼ਿਮਨੀ ਚੋਣਾਂ ਜਾਂ ਉਸ ਤੋਂ ਬਾਅਦ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਜਿਹੜੇ ਨਤੀਜੇ ਨੇ ਉਹ ਬਿਲਕੁਲ ਫਿਰ ਵੱਖਰੇ ਆ ਜਾਣ। ਨਹੀਂ ਇਹ ਇਹ ਗੱਲ ਤੁਹਾਡੀ ਠੀਕ ਹੈ ਚੰਗਾ ਹੋਇਆ ਤੁਸੀਂ ਇਹ ਪੁਆਇੰਟ ਚੱਕ ਲਿਆ। ਇਹ ਲੜਾਈ ਆਪਾਂ ਪਹਿਲਾਂ ਵੀ ਕਿਹਾ ਸੀ ਕਿ ਅਕਾਲੀ ਦਲ ਦੇ ਲਈ ਜਿੱਤ ਦੀ ਲੜਾਈ ਨਹੀਂ ਹੈ। ਨਾ ਬੀਬੀ ਸੁਰਜੀਤ ਕੌਰ ਦੇ ਲਈ ਤੇ ਨਾ ਅਕਾਲੀ ਬਸਪਾ ਉਮੀਦਵਾਰ ਵਿੰਦਰ ਕੁਮਾਰ ਹੋਰਾਂ ਦੇ ਲਈ ਇਤਿਹਾਸ ਦੇ ਵਿੱਚ ਬਹੁਤ ਥੋੜੀਆਂ ਚੀਜ਼ਾਂ ਯਾਦ ਰੱਖੀਆਂ ਜਾਂਦੀਆਂ ਸੰਧਾਲੀਆ ਸਭ ਆਪਣਾ ਜੀਵਨ ਜਿਹੜਾ ਹੁੰਦਾ ਇੱਕ ਸਧਾਰਨ ਬੰਦੇ ਦਾ ਉਹਦੇ ਵਿੱਚ ਅਸੀਂ ਕੀ ਚੇਤੇ ਰੱਖਦੇ ਹਾਂ ਉਦੋਂ ਬਈ ਮਸਾਂ ਬਚੇ ਸੀ ਉਦੋਂ ਨਾਲ ਸੱਟ ਲੱਗ ਗਈ ਸੀ ਫਿਰ ਡਾਕਟਰ ਦੇ ਵੇਲੇ ਸਿਰ ਲੈ ਕੇ ਬਚ ਗਿਆ ਉਦੋਂ ਨਾ ਜੇ ਕਿਤੇ ਉਹ ਟੀਚਰ ਨਾ ਆਉਂਦੇ ਨਾ ਪੜਾਉਂਦੇ ਤਾਂ ਬੋਰਡ ਦੇ ਪੇਪਰਾਂ ਦੇ ਵਿੱਚੋਂ ਫੇਲ ਹੋ ਜਾਣਾ ਸੀ ਉਦੋਂ ਨਾ ਫਿਰ ਮਾਮਾ ਜੀ ਨੇ ਜਾਂ ਮਾਸੀ ਨੇ ਸਲਾਹ ਦਿੱਤੀ ਸੀ ਉਧਰਲੇ ਪਾਸੇ ਚਲੇ ਗਿਆ ਤੇ ਭਰਤੀ ਹੋ ਗਿਆ ਹੁਣ ساری ਉਮਰ ਦੀ ਰੋਟੀ ਐ ਭਾਈ ਨੌਕਰੀ ਲੱਗ ਗਈ ਸੀ ਉਦੋਂ ਇਦਾਂ ਦੀ ਚੱਲ ਹੁੰਦੀ ਨਾ ਅਕਾਲੀ ਦਲ ਦਾ ਜਦੋਂ ਇਤਿਹਾਸ ਆਪਾਂ ਦੇਖਦੇ ਆਂ ਤੇ ਆਪਾਂ ਕਿਹਨੇ ਜੀ ਐਮਰਜੈਂਸੀ ਦੇ ਵਿੱਚ ਕਮਾਲ ਦਾ ਮੋਰਚਾ ਲੜਿਆ ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣ ਦੇ ਵਿੱਚ ਅਕਾਲੀ ਦਲ ਦਾ ਯੋਗਦਾਨ ਕਿਸੇ ਤੋਂ ਅੱਗੇ ਪਿੱਛੇ ਨਹੀਂ ਹੈ ਇਹਦੇ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦਾ ਜ਼ਿਕਰ ਫਿਰ ਵੀ ਕੀਤਾ ਜਾਂਦਾ ਕਿ ਪੰਥਕ ਤੋਂ ਪੰਜਾਬੀਅਤ ਵਾਲੀ ਪਾਰਟੀ ਵੱਲ ਜਦੋਂ ਆਈ ਉਹਦੇ ਫਾਇਦੇ ਨੇ ਕਿ ਨੁਕਸਾਨ ਨੇ ਪੰਜ ਸੱਤ ਮੋਟੀਆਂ-ਮੋਟੀਆਂ ਚੀਜ਼ਾਂ ਕਿੰਦੇ ਨੇ ਆਪਾਂ ਹੁਣ ਇਹ ਚੇਤੇ ਰੱਖਿਆ ਜਾਊਗਾ ਕਿ ਜਲੰਧਰ ਪੱਛਮੀ ਹਲਕੇ ਦੀ ਚੋਣ ਹੋਈ ਸੀ 2024 ਦੇ ਜੁਲਾਈ ਮਹੀਨੇ ਤੇ ਉਹਦੇ ਵਿੱਚ ਅਕਾਲੀ ਦਲ ਦੀ ਉਮੀਦਵਾਰ ਸੀ ਬੀਬੀ ਸਰਜੀਤ कौर ਪਰ ਅਕਾਲੀ ਦਲ ਉਹਦੇ ਨਾਲ ਨਹੀਂ ਸੀ ਨਾਰਾਜ਼ ਅਕਾਲੀ ਨਾਲ ਸਨ ਤੇ ਨਾਰਾਜ਼ ਅਕਾਲੀਆਂ ਦੀ ਉਮੀਦਵਾਰ ਬੀਬੀ ਸਰਜੀਤ कौर ਦੀਆਂ ਬੋਟਾਂ 1200 ਤੇ ਜਿਹਨੂੰ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਸਪੋਰਟ ਕੀਤਾ ਸੀ ਬਸਪਾ ਦੇ ਉਮੀਦਵਾਰ ਬਿੰਦਰ ਕੁਮਾਰ ਹੋਰਾਂ ਨੂੰ ਉਹਨਾਂ ਦੀਆਂ ਵੋਟਾਂ 700 ਹੁਣ ਉਹ 700 ਵੋਟਾਂ ਨੂੰ ਆਪਾਂ 15 1500 ਸਾਢੇ 3 300 ਕਰ ਦਿੰਨੇ ਆ ਕਿ ਉਹਦੇ ਵਿੱਚੋਂ 350 ਅਕਾਲੀਆਂ ਦੀ 350 ਬਸਪਾ ਦੀ ਕੀ ਉਧਰਲੇ ਪਾਸੇ 1200 ਵੋਟ ਹੈ ਬੀਬੀ ਜਗੀਰ ਕੌਰ ਚੰਦੂ ਮਾਜਰਾ ਸਾਹਿਬ ਇਹਨਾਂ ਸਾਰਿਆਂ ਨੇ ਸਪੋਰਟ ਜਿਹੜੀ ਉਹਦੇਲੇ ਪਾਸੇ ਕੀਤੀ ਗੁਰਪ੍ਰਤਾਪ ਸਿੰਘ ਬਡਾਲਾ ਹੋਰਾਂ ਨੇ ਕੀ ਮੰਨ ਕੇ ਚੱਲਿਆ ਜਾਵੇ ਕਿ ਜਿਹੜਾ ਅਕਾਲੀ ਦਲ ਦਾ ਨਾਰਾਜ਼ ਧੜਾ ਜਿਨ੍ਹਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜਾ ਕੇ ਖਿਮਾ ਜਾਂਚਨਾ ਦੀ ਚਿੱਠੀ ਵੀ ਦਿੱਤੀ ਹੈ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਗਰੁੱਪ ਦੇ ਉੱਤੇ ਭਾਰੂ ਪੈ ਗਿਆ ਕੀ ਉਹਨਾਂ ਦੇ ਕੋਲ ਇੱਕ ਤੱਥ ਆ ਗਿਆ ਕਿਉਂਕਿ ਜਦੋਂ ਤਾਂ ਪ੍ਰਧਾਨ ਸਾਹਿਬ ਨੇ ਆਣ ਕੇ ਕੀਤੀ ਸੀ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਹੋਰਾਂ ਦੇ ਲਈ ਪ੍ਰਚਾਰ ਕੈਂਪੇਨ ਉਦੋਂ ਵੋਟਾਂ ਅਕਾਲੀ ਦਲ ਨੂੰ ਜਿਹੜੀਆਂ ਉਹ ਕਿੰਨੀਆਂ ਪਈਆਂ ਸੀ ਤੇ ਐਤਕੀ ਕਿੰਨੀਆਂ ਪਈਆਂ ਜਣੀ ਚੋਦੋ ਉਧਰਲੇ ਪਾਸੇ ਸਮਰਥਨ ਦੇ ਦਿੱਤਾ ਬਸਪਾ ਤੇ ਅਕਾਲੀ ਦਲ ਦਾ ਉਮੀਦਵਾਰ ਪਿੱਛੇ ਰਹਿ ਜਾਣਾ ਕੀ ਅਕਾਲੀ ਦਲ ਦੇ ਮੌਜੂਦਾ ਸੰਕਟ ਦੇ ਵਿੱਚ ਵਾਧਾ ਤਾਂ ਨਹੀਂ ਕਰ ਦੂ ਕੀ ਨਾਰਾਜ਼ ਅਕਾਲੀ ਆਗੂ ਜਿਹੜੇ ਨੇ ਉਹਨਾਂ ਦਾ ਮਨੋਵਲਤਾ ਨਹੀਂ ਬਤਾ ਦੂ ਕੀ ਜਦੋਂ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਕਿ 48 ਘੰਟਿਆਂ 'ਚ ਹੀ ਕੰਮ ਨਹੀਂ ਬੜ ਜਾਏ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜਦੋਂ ਜਾਇਆ ਜਾਊਗਾ ਕੀ ਉੱਥੇ ਜਾ ਕੇ ਕਿਤੇ ਇਹ ਤਾਂ ਨਹੀਂ ਰੱਖ ਦਿੱਤਾ ਜਾਊਗਾ ਕਿ ਭਾਈ ਆ ਦੇਖੋ ਜਿੱਧਰਲੇ ਪਾਸੇ ਅਕਾਲੀ ਦਲ ਦੀ ਪ੍ਰਧਾਨਗੀ ਦੇ ਵਿੱਚ ਚੱਲ ਰਹੇ ਗਰੁੱਪ ਨੇ ਸਪੋਰਟ ਕੀਤੀ ਸੀ ਉਹਨਾਂ ਦੀਆਂ ਵੋਟਾਂ 700 ਨੇ ਮੈਂ ਸੰਧਾਲੀਆਂ ਸਭ ਸਾਰੀ ਗੱਲ ਇੱਕ ਪਾਸੇ ਹੀ ਰੱਖ ਦਿੰਨਾ ਵੋਟਾਂ ਨੂੰ ਛੱਡ ਹੀ ਦਈਏ ਕਿ ਕਿਹੜੇ ਧੜੇ ਨੂੰ ਕਿੰਨੀਆਂ ਪਈਆਂ 700 ਵੋਟ ਦਾ ਮਤਲਬ ਪਤਾ ਕੀ ਹੈ ਜਲੰਧਰ ਪੱਛਮੀ ਹਲਕੇ ਦੀਆਂ ਕੁੱਲ ਪੋਲ ਹੋਈਆਂ ਵੋਟਾਂ ਚੋਂ ਮੈਂ ਕੁੱਲ ਵੋਟਾਂ ਚੋਂ ਨਹੀਂ ਕਹਿਣਾ 1% ਵੀ ਵੋਟ ਨਹੀਂ ਪਈ 1% ਵੋਟ ਵੀ ਅਕਾਲੀ ਦਲ ਬਸਪਾ ਦੇ ਉਮੀਦਵਾਰ ਨੂੰ ਨਹੀਂ ਪਈ ਤੇ ਨਿਗਮ ਚੋਣਾਂ ਜਦੋਂ ਮਰਜ਼ੀ ਕਰਾ ਲਓ ਇਸ ਹਿਸਾਬ ਦੇ ਨਾਲ ਤਾਂ ਇੱਕ ਕੌਂਸਲਰ ਵੀ ਨਹੀਂ ਜਿੱਤਣਾ ਤਾਂ ਜੇ ਭਲਕ ਨੂੰ ਪੰਜ ਸ਼ਹਿਰਾਂ ਦੀਆਂ ਨਿਗਮ ਚੋਣਾਂ ਦੇ ਵਿੱਚ ਹਾਲਾਤ ਇਦਾਂ ਦੇ ਬਣ ਗਏ 100 ਸਾਲ ਤੋਂ ਵੱਧ ਪੁਰਾਣੀ ਪਾਰਟੀ ਜਿਹੜੀ ਹੈ ਉਹਨੂੰ ਵਿਚਾਰਨਾ ਤਾਂ ਪਊਗਾ ਕਿ ਆਖਰਕਾਰ ਕਮੀ ਕਿੱਥੇ ਰਹਿ ਗਈ ਆਖਰਕਾਰ ਕੰਮ ਢੰਗ ਦੇ ਵਿੱਚ ਤਬਦੀਲੀ ਦੀ ਕਿੱਥੇ ਲੋੜ ਹੈ ਆਖਰਕਾਰ ਜਿਸ ਪਾਰਟੀ ਦੇ ਵਰਕਰ ਪਿੰਡਾਂ ਤੇ ਸ਼ਹਿਰਾਂ ਦੇ ਵਿੱਚੋਂ ਪਾਰਟੀ ਦੇ ਲਈ ਮਰ ਮਿਟਣ ਵਾਲੇ ਹੁੰਦੇ ਸੀ ਉਹ ਵੋਟਾਂ ਕਿਉਂ ਨਹੀਂ ਪਾਉਂਦੇ ਵੇਖੋ ਗੱਲਾਂ ਆ WhatsApp ਕੇ ਲੜਾਈ ਕਿਸੇ ਵੀ ਘਰ 'ਚ ਵੜ ਜੇ ਨਾ ਤੇ ਉਹਨੂੰ ਐਸਾ ਪਾੜਦੀ ਐ ਵੀ ਖਤਮ ਹੀ ਕਰ ਦਿੰਦੀ ਐ ਤੇ ਆ ਹੁਣ ਇਸ ਵਕਤ ਦੇ ਜਿਹੜੇ ਹਾਲਾਤ ਨੇ ਉਹ ਇੱਕ ਕਲੀਅਰ ਕਟ ਇਸ਼ਾਰਾ ਕਰ ਰਿਹਾ ਐ ਵੀ ਸ਼ਰੋਮਣੀ ਅਕਾਲੀ ਦਲ ਦੀ ਅੰਦਰੂਨੀ ਲੜਾਈ ਨੇ ਉਜਾੜਾ ਹੀ ਕਰਨਾ ਇਹਦੇ 'ਚ ਕੋਈ ਭਲਾ ਹੈ ਨਹੀਂ ਕਿਸੇ ਦਾ ਹੁਣ ਵੈਸੇ ਤੁਸੀਂ ਜ਼ਿਕਰ ਕੀਤਾ 350 350 ਵੋਟਾਂ ਮੈਂ ਸੋਚਦਾ ਵੀ ਯਾਰ ਇੱਕ ਪਾਸੇ ਇੱਕ ਕੈਂਡੀਡੇਟ ਆ ਉਹ ਜਿਹੜਾ ਕੈਂਡੀਡੇਟ ਜਿੱਤਿਆ ਹੋਵੇ ਉਹ 55000 ਤੋਂ ਵੱਧ ਵੋਟਾਂ ਲਈ ਫਿਰਦਾ ਤੇ ਦੂਸਰੇ ਪਾਸੇ ਇੱਕ ਸਦੀ ਤੋਂ ਵੱਧ ਪੁਰਾਣੀ ਪਾਰਟੀ ਉਹ ਉੱਥੇ ਬਹਿ ਕੇ ਇਸ ਚੀਜ਼ ਦੇ ਉੱਪਰ ਮੰਥਨ ਕਰਨ ਪਈ ਯਾਰ ਸਾਨੂੰ 350 ਵੋਟ ਕਿਉਂ ਪਈਏ ਤੁਸੀਂ ਆਪ ਸੋਚੋ ਵੀ ਇਹ ਕੀ ਆਪਸ ਦੇ ਵਿੱਚ ਕੰਪੈਰੀਜ਼ਨ ਬਣਦਾ ਜਿਹੜਾ ਬੰਦਾ ਮੰਨ ਲਓ ਵੀ ਜਿਹੜੇ ਬੰਦੇ ਸੰਜੀਦਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸ਼ੁਰੂ ਤੋਂ ਜੁੜੇ ਨੇ ਭਾਵੇਂ ਕੋ ਲੀਡਰ ਨਹੀਂ ਵੀ ਆ ਆਪਾਂ ਵਰਕਰ ਦੀ ਗੱਲ ਹੀ ਕਰ ਲੈਨੇ ਯਾਰ ਉਸ ਬੰਦੇ ਦਾ ਮੰਨ ਲਓ ਉਹਦੀ ਕੋਈ ਉੱਥੇ ਦੁਕਾਨ ਆ ਉਹਦਾ ਕੋ ਕਾਮਕਾਰ ਆ ਕੋ ਕਾਰੋਬਾਰ ਆ ਔਰ ਸਰਦਾਰ ਜੀ ਹੋਰਾਂ ਨੂੰ ਜਦੋਂ ਆਣ ਕੇ ਮੰਨ ਲਓ ਵੀ ਉਹਨਾਂ ਦੇ ਆਂਢੀ ਗੁਆਂਢੀ ਜਿਹੜਾ ਵੀ ਕੋ ਬੰਦਾ ਦੂਸਰੀ ਪਾਰਟੀ ਦਾ ਹੈ ਨਾ ਉਹਲੇ ਆ ਵੀ ਆ ਸਰਦਾਰ ਜੀ ਕੀ ਬਣਿਆ ਯਾਰ ਉਹ ਬੰਦੇ ਤੇ ਬੀਤ ਦੀ ਕੀ ਹੋਊਗੀ ਮੈਂ ਤਾਂ ਬੇਨਤੀ ਕਰਾਂ ਕਿਸੇ ਵੇਲੇ ਹੁੰਦਾ ਵੀ ਪ੍ਰਧਾਨ ਜੀ ਤੱਕ ਜਾਂ ਜਥੇਦਾਰ ਸਾਹਿਬ ਤੱਕ ਜਾਂ ਵੱਡੇ ਵੱਡੇ ਅਹੁਦੇਦਾਰਾਂ ਤੱਕ ਡਿਸਕਸ਼ਨ ਉੱਥੇ ਹੀ ਰਹਿ ਜਾਂਦੀ ਹੈ ਪਰ ਇੱਕ ਗੱਲ ਪੱਕੀ ਹੈ ਵੀ ਹਰ ਥਾਂ ਤੇ ਨਾ ਦੇ ਪ੍ਰਧਾਨ ਹੋਣਾ ਲੜਨਾ ਹੁੰਦਾ ਤੇ ਨਾ ਜਥੇਦਾਰਾਂ ਲੜਨਾ ਹੁੰਦਾ ਕੰਮ ਕਰਦਾ ਕਿਸੇ ਵੀ ਪਾਰਟੀ ਲਈ ਵਰਕਰ ਉਹ ਜਿਹੜਾ ਵਰਕਰ ਆ ਤੁਸੀਂ ਆਪ ਸੋਚੋ ਵੀ ਜਦੋਂ ਕਾਪੀ ਤੇ 350 ਵੋਟਾਂ ਲਿਖਦਾ ਹੋ ਮੈਂ ਚਲ 400 ਲਿਖਾ ਲਓ 500 ਲਿਖਾ ਲਓ ਉਹ ਯਾਰ ਉਹਦੇ ਤੇ ਬੀਤੂਗੀ ਕੀ ਕਦੀ ਤੁਸੀਂ ਸੋਚਿਆ ਮੈਂ ਇਹ ਬੇਨਤੀ ਕਰਾਂ WhatsApp ਕਿ ਵੀ ਹੋ ਸਕਦਾ ਆਪਣੀਆਂ ਇਹਨਾਂ ਗੱਲਾਂ ਨੂੰ ਕੋਈ ਸੁਣਦਾ ਕੋਈ ਨਹੀਂ ਸੁਣਦਾ ਪਰ ਜਿਹੜਾ ਵੀ ਬੰਦਾ ਸੁਣਦਾ ਤੁਸੀਂ ਜ਼ਰੂਰ ਟਿੱਪਣੀ ਕਰਿਓ ਵੀ ਕੀ ਇਹ ਕੰਪੈਰੀਜ਼ਨ ਬਣਦਾ ਇੱਕ ਪੰਜਾਬ ਦੇ ਵਿੱਚ ਉਹ ਧਿਰ ਜਿਹੜੀ ਪੰਜਾਬੀਆਂ ਦੀ ਧਿਰ ਹੋਵੇ ਜਿਹਦੀ ਜਿਹਦੀ ਪੰਜਾਬ ਦੀ ਆਪਣੀ ਪਾਰਟੀ ਹੋਵੇ ਇੱਕ ਸਦੀ ਤੋਂ ਵੱਧ ਪੁਰਾਣੀ ਪਾਰਟੀ ਹੋਵੇ ਉਸ ਪਾਰਟੀ ਨੇ ਰਾਜ ਕੀਤਾ ਹੋਵੇ ਤੇ ਗਾਂ ਆਸ ਹੋਵੇ ਵੀ ਰਾਜ ਉਹਨਾਂ ਨੇ ਕਰਨਾ ਤੇ ਇਹ ਵੀ ਲੋਕਾਂ ਨੂੰ ਯਕੀਨ ਹੋਵੇ ਵੀ ਯਾਰ ਜੇ ਸਾਡੀ ਕਿਸੇ ਨੇ ਗੱਲ ਕਰਨੀ ਹੈ ਤੇ ਘਰ ਦੇਆਂ ਹੀ ਕਰਨੀ ਬਾਹਰਲੇ ਕੋਲੋਂ ਸਾਨੂੰ ਕਾਦੀ ਆਸ ਹੈ ਤੇ ਅੱਜ ਜਿਹੜੇ ਘਰਦੇ ਨੇ ਉਹਨਾਂ ਦੀ ਲੜਾਈ ਦਾ ਕਰਕੇ ਵੋਟਾਂ ਜਿਹੜੀਆਂ ਨੇ ਉਹ 350 400 500 ਜਾਂ ਆਪਸ ਦੇ ਵਿੱਚ ਦੋਹਾਂ ਧਿਰਾਂ ਦੀ ਜੇ ਆਪਾਂ ਗੱਲ ਕਰ ਲਈਏ ਕਾਪੀ ਤੇ 1200 ਬੰਦੇ ਦਾ ਨਾਮ ਲਿਖਿਆ ਜਾ ਸਕਦਾ WhatsApp ਬੜੇ ਆਰਾਮ ਨਾਲ ਵੀ ਯਾਰ ਐਸ ਐਸ ਬੰਦੇ ਨੇ ਵੋਟ ਪਾਈ ਦੂਜੇ ਪਾਸੇ ਕਾਗਜ਼ ਦੇ ਦੋਹੀ ਪਾਸੇ 350 ਬੰਦੇ ਦਾ ਨਾਮ ਲਿਖਿਆ ਜਾ ਸਕਦਾ ਵੀ ਇਹ ਦੋ ਕਾਗਜ਼ ਆ ਕੇ ਤੇ ਜਿਹੈਦਾਰ ਸਾਹਿਬ ਦੇ ਸਾਹਮਣੇ ਰੱਖ ਦੇਣਗੇ ਵੀ ਯਾਰ ਲੋ ਜੀ ਇੰਨੇ ਕ ਬੰਦੇ ਨੇ ਸਾਡੇ ਨਾਲ ਮੈਂ ਤਾ ਹੀ ਬੇਨਤੀ ਕਰਾਂ ਵੀ ਇਸ ਚੀਜ਼ ਨੂੰ سنجੀਦਗੀ ਨਾਲ ਲੈਣ ਦੀ ਲੋੜ ਆ ਕੋਈ ਇਹ ਨਾ ਸੋਚੇ ਵੀ ਹਾਂ ਯਾਰ ਕੋਈ ਨਹੀਂ ਲੰਘ ਗਿਆ ਵੇਲਾ ਆਪਾਂ ਉਹਨਾਂ ਗਾਂ ਅਗਰੀਆਂ ਜਿੰਨੀ ਚੋਣਾਂ 'ਚ ਵੇਖਾਂਗੇ ਸੰਧਾਲੀਆਂ ਸਭ 600 ਦੇ ਕਰੀਬ ਵੋਟਾਂ ਜਿਹੜੀਆਂ ਨੇ ਨਾ ਉਹ ਨੋਟਾਂ ਦੀਆਂ ਮੈਂ ਮਾਫ ਕਰਨਾ ਇਸ ਪਾਰਟੀ ਉੱਤੇ ਮਾਨ ਸਤਕਾਰ ਜਿਹੜਾ ਉਹ ਬਹੁਤ ਐ ਇਸ ਪਾਰਟੀ ਦਾ ਇਸ ਪਾਰਟੀ ਦਾ ਇਤਿਹਾਸ ਬੜਾ ਕਮਾਲ ਦਾ ਹੈ 600 ਦੇ ਕਰੀਬ ਵੋਟਾਂ ਮੈਂ ਫੇਰ ਦੱਸਦੇ ਆ ਉਹ ਨੋਟਾਂ ਨੂੰ ਪਈਆਂ ਤੇ 700 ਦੇ ਕਰੀਬ ਵੋਟਾਂ ਜਿਹੜੀਆਂ ਅਕਾਲੀ ਦਲ ਤੇ ਬਸਪਾ ਦੇ ਉਮੀਦਵਾਰ ਨੂੰ ਪਈਆਂ ਮੈਂ ਕਹਿਣਾ ਕਿ ਆਪਾਂ ਧੜਿਆਂ ਨੂੰ ਮੇਲ ਦਿੰਨੇ ਆ 2000 ਵੋਟਾਂ ਬਣਦੀਆਂ 2000 ਵੀ ਨਹੀਂ ਬਣਦੀਆਂ ਦੋਨਾਂ ਦੀਆਂ ਅਕਾਲੀ ਦਲ ਬਸਪਾ ਦੇ ਉਮੀਦਵਾਰ ਬਿੰਦਰ ਕੁਮਾਰ ਸਾਹਿਬ ਦੀਆਂ ਤੇ ਦੂਜੇ ਪਾਸੇ ਬੀਬੀ ਸੁਰਜੀਤ ਕੌਰ ਦੀਆਂ ਵੋਟਾਂ ਆਪਾਂ ਕਲੱਬ ਕਰ ਦਿੰਨੇ ਆ ਇਕੱਠੀਆਂ ਕਰ ਦਿੰਨੇ ਆ ਫੇਰ ਵੀ 2000 ਨਹੀਂ ਬਣਦੀਆਂ 2% ਨਹੀਂ ਬਣਦੀਆਂ ਪੋਲ ਹੋਈਆਂ ਵੋਟਾਂ ਦੇ ਵਿੱਚੋਂ ਸੋਚਣਾ ਵਿਚਾਰਨਾ ਤਾਂ ਬਣਦਾ ਜਿਹੜੀ ਸੰਜੀਦਾ ਮੀਟਿੰਗ ਲੋਕ ਸਭਾ ਚੋਣਾਂ ਤੋਂ ਬਾਅਦ ਹੋਣੀ ਚਾਹੀਦੀ ਸੀ ਉਹ ਨਹੀਂ ਹੋਈ ਐਤ ਕੀ ਕਰ ਲੈਣਾ ਤਾਂ ਚੰਗਾ ਇਹ ਗੱਲ ਠੀਕ ਹੈ ਤੁਹਾਡੀ WhatsApp ਕੇ ਵੀ ਹੁਣ ਸੰਜੀਦਗੀ ਦੇ ਨਾਲ ਐਸ ਵਕਤ ਤੇ ਸਾਰੇ ਕੁਝ ਨੂੰ ਜੋੜਨ ਦੀ ਲੋੜ ਆ ਤੇ ਜੇ ਤੋੜਨ ਵਾਲੇ ਪਾਸੇ ਦੀ ਗੱਲ ਕਰੀਏ ਤੇ ਟੁੱਟ ਕੇ ਲਗਭਗ ਸਾਰਾ ਕੁਝ ਪਿਆਈ ਹੈ ਅੱਛਾ ਇੱਕ ਮੈਂ ਹੋਰ ਇੱਥੇ ਜਿਹੜਾ ਪਾਕ ਹੈ ਉਹਦੇ ਵਿੱਚ ਐਡ ਕਰਾਂ ਜੇ ਆਪਾਂ ਮੇਰਾ ਖਿਆਲ ਦੋਨਾਂ ਧੜਿਆਂ ਦੀ ਗੱਲ ਕਰੀਏ ਚਾਹੇ ਉਹ ਨਰਾਜ਼ ਧੜੇ ਦੀ ਗੱਲ ਕਰ ਲਈਏ ਜਾਂ ਮੁੱਖ ਧੜੇ ਦੀ ਗੱਲ ਕਰ ਲਈਏ ਕਾਲੀਦਲ ਦੀ ਦੋਨਾਂ ਵਾਲੇ ਪਾਸਿਓ ਸਿਰਫ ਤੇ ਸਿਰਫ ਆਪਸ ਦੇ ਵਿੱਚ ਇੱਕ ਦੂਸਰੇ ਦੇ ਉੱਪਰ ਦੋਸ਼-ਪ੍ਰਤੀ ਦੋਸ਼ ਲੱਗ ਰਹੇ ਆ ਜੇ ਆਪਾਂ ਨਿਰਾਜ਼ ਤੜੇ ਦੀ ਗੱਲ ਕਰਦੇ ਉਹ ਕਹਿੰਦੇ ਜੀ ਫਲਾਨੀ ਫਲਾਨੀ ਥਾਂ ਦੇ ਉੱਪਰ ਸੀ ਆ ਆ ਕਿਹਾ ਸਾਡੀ ਗੱਲ ਕਿਸੇ ਨੇ ਸੁਣੀ ਨਹੀਂ ਜੀ ਆ ਆ ਗਲਤੀਆਂ ਆ ਆ ਕਮੀਆਂ ਉਹਨਾਂ ਨੂੰ ਕਿਸੇ ਨੇ ਗੌਲਿਆ ਨਹੀਂ ਜਾਂ ਫਿਰ ਉਹ ਸਲਾਹਕਾਰਾਂ ਤੇ ਲੈ ਜਾਂਦੇ ਨੇ ਜੀ ਉਹ ਤਾਂ ਗੱਲ ਮੰਨਦੇ ਸੀ ਫਲਾਨਾ ਫਲਾਨਾ ਸਲਾਹਕਾਰ ਸੀ ਸਲਾਹ ਕਰਨਿਆ ਨਹੀਂ ਕਰਨ ਦਿੱਤਾ ਇਹਦੇ 'ਚ ਤੁਸੀਂ ਇਹ ਦੇਖੋ ਵੀ ਮੈਂ ਜਿਹੜੀ ਉਹ ਸਰਦਾਰ ਜੀ ਵਰਕਰ ਦੀ ਗੱਲ ਕੀਤੀ ਹੋਣੀ ਉਹਦਾ ਨਾਂ ਕਿਹਦੇ ਨਹੀਂ ਆਇਆ ਨਾ ਉਹ ਚਾਰੇ ਤੱਕ ਪਤਾ ਹੀ ਹੈ ਕਿਸੇ ਨੂੰ ਦੀਪਾ ਦੂਸਰੇ ਥੱਡੇ ਦੀ ਗੱਲ ਕਰ ਲਈਏ ਉਧਰੋਂ ਸਟੇਟਮੈਂਟ ਆਉਂਦੀ ਆ ਵੀ ਇਹ ਉਹ ਨਾਰਾਜ਼ ਹੋਏ ਫਿਰਦੇ ਅੰਦਰ ਬੈਠ ਕੇ ਤੇ ਆਪਣੇ ਨਿਆਣਿਆਂ ਲਈ ਟਿਕਟਾਂ ਮੰਗਦੇ ਆ ਜਦੋਂ ਟਿਕਟ ਨਹੀਂ ਮਿਲੀ ਤੇ ਹੋਣ ਆਖੀਆਂ ਦੇ ਪਾਰਟੀ ਦਾ ਫਿਕਰ ਬੜਾ ਸਾਨੂੰ ਇਹਦਾ ਮਤਲਬ ਇਹ ਹੋ ਗਿਆ ਵੀ ਇਹਦੇ ਵਿੱਚ ਵੀ ਜੇ ਕੋਈ ਗੱਲ ਸਾਹਮਣੇ ਆਈ ਤੇ ਉਹ ਆਈ ਪਰਿਵਾਰ ਦੀ ਜਾਂ ਆਪਣੇ ਫਿਊਚਰ ਦੀ ਉਹ ਜਿਹੜੇ ਸਰਦਾਰਜੀ ਵਰਕਰ ਸੀ ਹੁਣੇ ਮੈਂ ਗੱਲ ਕੀਤੀ ਉਹਨਾਂ ਦਾ ਤੇ ਫੇਕੋ ਜ਼ਿਕਰ ਨਹੀਂ ਆਇਆ ਜੇ ਤੇ ਸੂਈ ਰੱਖਣੀ ਇੱਥੇ ਤੇ ਇਸ ਸੂਈ ਦੇ ਵਿੱਚੋਂ ਮੈਨੂੰ ਨਹੀਂ ਲੱਗਦਾ ਵੀ ਕਿਤੇ ਕੋਈ ਹੱਲ ਨਿਕਲਣਾ ਹਾਂ ਇਹ ਸਾਰੇ ਕੁਝ ਨੂੰ ਢਾ ਕੇ ਇੱਕ ਨਾ ਪਾਸੇ ਰੱਖ ਕੇ ਦਬਾਰਾ ਤੋਂ ਜਦੋਂ ਸ਼੍ਰੋਮਣੀ ਅਕਾਲੀ ਦਲ ਬਣਿਆ ਸੀ ਉਸ ਤੋਂ ਬਾਅਦ ਹੁਣ ਤੱਕ ਕਿਵੇਂ-ਕਿਵੇਂ ਦਾ ਸਫ਼ਰ ਰਿਹਾ ਕਿਹੜਾ ਉਹ ਸਮਾਂ ਸੀ ਜਿਹੜੀਆਂ ਜਿਸ ਸਮੇਂ ਦੇ ਉੱਪਰ ਅਕਾਲੀ ਦਲ ਨੇ ਬਹੁਤ ਵੱਡੇ-ਵੱਡੇ ਕਹਿ ਲੋਗੇ ਵੀ ਔਖੇ ਟਾਈਮ ਦੇਖੇ ਉਹਦੇ ਚੋਂ ਕਿਵੇਂ ਨਿਕਲਿਆ ਤੇ ਉਸ ਤੋਂ ਬਾਅਦ ਕਿਹੜਾ ਉਹ ਸਮਾਂ ਸੀ ਜਦੋਂ ਵਾਕਿਆ ਹੀ ਸ਼੍ਰੋਮਣੀ ਅਕਾਲੀ ਦਲ ਦਾ ਪੰਜਾਬ ਦੇ ਲੋਕਾਂ ਨੇ ਸਾਥ ਦਿੱਤਾ ਉਦੋਂ ਕੀ ਕਾਰਨ ਸੀ ਤੇ ਕਿਹੜੀ ਐਸੀ ਉਹ ਕਮੀ ਰਹਿ ਗਈ ਜਿੱਥੋਂ ਹੌਲੀ ਜੀ ਮੂੰਹ ਵਟਿਆ ਗਿਆ ਤੇ ਐਸਾ ਵਟਿਆ ਗਿਆ ਵੀ ਅੱਜ ਪੰਜਾਬ ਦੇ ਲੋਕ 350 400 500 ਵੋਟ ਪਾਉਂਦੇ ਆ ਸੋ ਮੈਨੂੰ ਲੱਗਦਾ ਵੀ ਜਦ ਤੱਕ ਉੱਥੇ ਨਹੀਂ ਆਇਆ ਜਾਂਦਾ 19 ਦਿਨ ਤੱਕ ਉਹ ਆਪਸੀ ਲੜਾਈ ਦੇ ਬਿਆਨ ਤਾਂ ਭਾਵੇਂ ਤੁਸੀਂ 3600 ਦੇਈ ਜਾਓ ਕਿਉਂਕਿ ਸਾਰੇ ਲੀਡਰਾਂ ਨੂੰ ਕਈ ਕੀ ਦਿਹਾਕੇ ਹੋ ਗਏ ਸਿਆਸਤ ਦੇ ਵਿੱਚ ਗੱਲਾਂ ਦੇ ਇਕੱਠੀਆਂ ਹੋਈਆਂ ਹੀ ਹੁੰਦੀਆਂ ਉਹ ਤੁਸੀਂ ਸਿਰਫ ਇਹੋ ਹੀ ਆ ਵੀ ਝਗਾ ਚੁੱਕੇ ਟੀਡੀ ਨਗਾ ਕਰਨਾ ਹੋਰ ਚੁ ਲੱਭਣਾ ਕੁਝ ਨਹੀਂ ਮੈਂ ਨ ਸੰਧੜਿਆ ਸਭ 13 ਵਿਧਾਨ ਸਭਾ ਹਲਕਿਆਂ ਦੀ ਜਿਮਨੀ ਚੋਣਾ ਸੀ ਨਾ ਇੱਕ ਪੰਜਾਬ ਦੀ 12 ਬਾਹਰ ਲੀਆਂ ਹੁਣ ਮੈਂ ਅੰਦਾਜ਼ਾ ਲਾਉਂਦਾ ਸੀ ਇੱਕ ਜਿਹੜੀ ਗੱਲ ਇਹ ਆਖੀ ਜਾਂਦੀ ਹੈ ਕਿ ਸੱਤਾ ਤਰੀ ਤੇ ਰਹੀ ਜਿੱਤਦੀ ਹੁੰਦੀ ਹੈ ਠੀਕ ਹੈ ਮੰਨਦੇ ਆ ਕਿ ਸੱਤਾ ਤਰੀ ਤੇ ਰਹੀ ਜਿੱਤਦੀ ਹੁੰਦੀ ਹੈ ਪਰ ਅਸੀਂ ਆਮ ਆਦਮੀ ਪਾਰਟੀ ਵਾਲਿਆਂ ਨੂੰ ਫੇਰ ਕਹਿੰਨੇ ਆ ਇਹ ਸਰਕਾਰ ਤੁਹਾਡੀ ਆ ਕੰਮ ਬਹੁਤ ਕਰਨ ਵਾਲੀ ਨੇ ਲੋਕਾਂ ਨੂੰ ਤੁਹਾਡੇ ਤੋਂ ਆਸਾਂ ਉਮੀਦਾਂ ਬਹੁਤ ਸੀ ਇਸ 37000 ਵੋਟਾਂ ਦੀ ਜਿੱਤ ਦੇ غرੂਰ ਦੇ ਵਿੱਚ ਨਾ ਕਿਤੇ ਰਿਓ ਲੋਕਾਂ ਨੇ ਦੱਸਿਆ ਅਸਲ ਦੇ ਵਿੱਚ ਸਵਾਲ ਉਹ ਨੇ ਜਿਹੜੀਆਂ ਲੋਕ ਸਭਾ ਚੋਣਾਂ ਦੇ ਵਿੱਚ ਲੋਕਾਂ ਨੇ ਤੁਹਾਡੇ ਨਾਲ ਕੀਤੇ ਸੀ ਉਹਨਾਂ ਸਵਾਲਾਂ ਨੂੰ ਐਡਰੈਸ ਕਰਿਓ ਹੁਣ ਹਿਮਾਚਲ ਪ੍ਰਦੇਸ਼ ਦੇ ਵਿੱਚ ਤਿੰਨ ਵਿਧਾਨ ਸਭਾ ਹਲਕਿਆਂ ਦੀ ਚੋਣ ਸੀ ਉਹਦੇ ਵਿੱਚੋਂ ਇੱਕ ਹਲਕਾ ਭਾਰਤੀ ਜਨਤਾ ਪਾਰਟੀ ਨੇ ਜਿੱਤਿਆ ਸਰਕਾਰ ਤਾਂ ਉੱਥੇ ਕਾਂਗਰਸ ਦੀ ਹੈ ਮੈਂ ਹੋਰ ਦੱਸ ਦਿੰਨਾ ਬਿਹਾਰ ਦੇ ਵਿੱਚ ਜਨਤਾਦਲ ਯੂਨਾਈਟਿਡ ਜਾਨੀ ਕਿ ਨਿਤਿਸ਼ ਕੁਮਾਰ ਤੇ ਭਾਜਪਾ ਦੀ ਸਰਕਾਰ ਹੈ ਉੱਥੇ ਇੱਕੋ ਸੀਟ ਦੀ ਚੋਣ ਸੀ ਉਹ ਆਜ਼ਾਦ ਉਮੀਦਵਾਰ ਜਿੱਤ ਗਿਆ ਉੱਥੇ ਤਾਂ ਸਰਕਾਰ ਦਾ ਬੰਦਾ ਨਹੀਂ ਜਿੱਤਿਆ ਉੱਤਰਾਖੰਡ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਦੋਵੇਂ ਸੀਟਾਂ ਕਾਂਗਰਸ ਪਾਰਟੀ ਜਿੱਤ ਗਈ ਉੱਥੇ ਤਾਂ ਸੱਤਾਧਾਰੀ ਧਿਰ ਨਹੀਂ ਜਿੱਤ ਸਕੀ ਇਸੇ ਤਰੀਕੇ ਬਾਕੀ ਵੀ ਕਈ ਪਾਸੇ ਹਾਲਾਤ ਇਦਾਂ ਦੇ ਬਣੇ ਆ ਕਿ ਜਿੱਥੇ ਸੱਤਾਧਾਰੀ ਧਿਰ ਨਹੀਂ ਜਿੱਤ ਸਕੀ ਮੈਂ ਉਸੇ ਦਿਨ ਦੀ ਗੱਲ ਕਰਦਾ ਜਿਸ ਦਿਨ ਜਿਲੰਦਰ ਪੱਛਮੀ ਦਾ ਨਤੀਜਾ ਆਇਆ ਤੇ ਮੈਂ ਇੱਕ ਹੋਰ ਦੱਸਦਾ ਤੁਸੀਂ ਅਕਾਲੀ ਦਲ ਦਾ ਜ਼ਿਕਰ ਕੀਤਾ ਪੰਜਾਬ ਚ ਖੇਤਰੀ ਪਾਰਟੀ ਦੀ ਸੰਭਾਵਨਾ ਹੈ ਇਹ ਪੀਡੀ ਇਟ ਸੋਰਟ ਆਫ ਰਨ ਕਿ ਕਹਾਣੀ ਕੀ ਹੋਈ ਡੀਐਮਕੇ ਖੇਤਰੀ ਪਾਰਟੀ ਹੈ ਤਾਮਿਲਨਾਡੂ ਦੀ ਉਥੇ ਇੱਕ ਸੀਟ ਦੇ ਲਈ ਮੁਕਾਬਲਾ ਸੀ ਖੇਤਰੀ ਪਾਰਟੀ ਡੀਐਮਕੇ ਜਿੱਤੀ ਹੈ ਤੇ ਚੋਖੀਆਂ ਵੋਟਾਂ ਨਾਲ ਜਿੱਤੀ ਹੈ ਡਟ ਕੇ ਤ੍ਰਣਮੂਲ ਕਾਂਗਰਸ ਹਾਲਾਂਕਿ ਆਪਣੇ ਨਾਂ ਦੇ ਨਾਲ ਆਲ ਇੰਡੀਆ ਲਾਉਂਦੇ ਆ ਪਰ ਉਹ ਬੰਗਾਲ ਤੇ ਤ੍ਰਿਪੁਰਾ ਤੋਂ ਬਾਰ ਹੈ ਨਹੀਂ ਕਿਤੇ ਚਾਰ ਸੀਟਾਂ ਦੇ ਲਈ ਮੁਕਾਬਲਾ ਸੀ ਉੱਥੇ ਚਾਰੇ ਸੀਟਾਂ ਉਹ ਖੇਤਰੀ ਪਾਰਟੀ ਮਮਤਾ ਬੇਨਰਜੀ ਦੀ ਪਾਰਟੀ ਤ੍ਰਿਨਮੂਲ ਕਾਂਗਰਸ ਜਿੱਤਦੀ ਹੈ ਤਿੰਨ ਵਾਰ ਲਗਾਤਾਰ ਉਹਨਾਂ ਦੀ ਸਰਕਾਰ ਬਣਦੀ ਹੈ ਤੀਜੀ ਵਾਰ ਮੁੱਖ ਮੰਤਰੀ ਆ ਬੀਪੀਜੀ ਤਾਂ ਜਿਹੜੀਆਂ ਚਾਰ ਸੀਟਾਂ ਜਿੱਤੀਆਂ ਵੀ ਹੈ ਦੋ 50-50 ਹਜ਼ਾਰ ਤੋਂ ਵੱਧ ਦੇ ਫਰਕ ਨਾਲ ਦੋ 33-33 ਹਜ਼ਾਰ ਤੋਂ ਵੱਧ ਦੇ ਫਰਕ ਨਾਲ ਯਾਨੀ ਮਾੜੀ-ਮੋਟੀ ਜਿੱਤ ਨਹੀਂ ਸੀਗੀ ਤੇ ਇੱਥੇ ਜਿੱਥੇ ਬਿਹਾਰ ਦੇ ਵਿੱਚ ਆਜ਼ਾਦ ਉਮੀਦਵਾਰ ਜਿੱਤੇ ਆ ਉਥੇ ਵੀ ਖੇਤਰੀ ਪਾਰਟੀ ਜਨਤਾਦਲ ਯੂनाइटेड ਸਿਰਫ 8000 ਵੋਟਾਂ ਦੇ ਫਰਕ ਨਾਲ ਹਾਰੀ ਐ ਤੇ ਰਾਸ਼ਟਰੀ ਜਨਤਾਦਲ ਦੇ ਉਮੀਦਵਾਰ ਨੂੰ ਵੀ ਚੰਗੀਆਂ ਵੋਟਾਂ ਪਈਆਂ ਉਹ ਵੀ ਖੇਤਰੀ ਪਾਰਟੀਆਂ ਨੇ ਜਾਨੀ ਪਹਿਲੀ ਗੱਲ ਕਿ ਖੇਤਰੀ ਪਾਰਟੀਆਂ ਦੀ ਕਾਰਗੁਜ਼ਾਰੀ ਚੰਗੀ ਰਹੀ ਐ ਪੰਜਾਬ ਤੋਂ ਇਲਾਵਾ ਬਾਕੀ ਸੂਬਿਆਂ 'ਚ ਜੇ ਕਿਤੇ ਖੇਤਰੀ ਪਾਰਟੀਆਂ ਹਾਰੀਆਂ ਵੀ ਐ ਉਹ ਦੂਸਰੇ ਨੰਬਰ ਤੇ ਜ਼ਰੂਰ ਐ ਉਹਨਾਂ ਨੇ ਆਪਣਾ ਵੋਟ ਬੈਂਕ ਕਾਇਮ ਰੱਖਿਆ ਤਾਂ ਨਵੀਨ ਪਟਨਾਇਕ ਹਾਰੇ ਆ ਓਡੀਸ਼ਾ ਦੇ ਵਿੱਚ ਬਹੁਤ ਸੀਟਾਂ ਹਰ ਗਿਆ ਅਜ ਜਦੋਂ ਪ੍ਰਧਾਨ ਸਭਾ ਦੀਆਂ ਚੋਣਾਂ ਹੋਈਆਂ ਤੇ ਲੋਕ ਸਭਾ ਦੀਆਂ ਚੋਣਾਂ ਪਰ ਵੋਟ ਬੈਂਕ ਨਹੀਂ ਘਟਿਆ ਵੋਟ ਬੈਂਕ ਕਾਇਮ ਰੱਖਿਆ ਪੰਜਾਬ ਚ ਕੀ ਹੋ ਗਿਆ ਉਹ ਪਾਰਟੀ ਜਿਹੜੀਆਂ ਸਾਰੀਆਂ ਖੇਤਰੀ ਪਾਰਟੀਆਂ ਤੋਂ ਕਈ ਦਹਾਕੇ ਪੁਰਾਣੀ ਉਹ ਪਾਰਟੀ ਜਿਸ ਪਾਰਟੀ ਨੇ ਐਮਰਜੈਂਸੀ ਦੇ ਵੇਲੇ ਸਭ ਤੋਂ ਅੱਗੇ ਹੋ ਕੇ ਮੋਰਚਾ ਲੜਿਆ ਜਿਸ ਪਾਰਟੀ ਨੂੰ ਕਦੇ ਸੁਨੇਹਾ ਦੇਣ ਤੋਂ ਵੱਧ ਕੋਈ ਹਿੰਮਤ ਕਰਨ ਦੀ ਲੋੜ ਨਹੀਂ ਸੀ ਪੈਂਦੀ ਲੋਕ ਇਕੱਠੇ ਕਰਨ ਨੂੰ ਉਹ ਪਾਰਟੀਆਂ ਜੇ ਇੱਥੇ ਕਿਉਂ ਆ ਗਈ ਅਸੀਂ ਆਲੋਚਨਾ ਨਹੀਂ ਕਰਦੇ ਆਉਣ ਵਾਲਾ ਪੈਂਡਾ ਊਖਾ ਆ ਇਸ ਕਰਕੇ ਉੱਖਾਇਆ ਕਿਉਂਕਿ ਗਿੱਦੜਵਾਹੇ ਦੀ ਜਿਹੜੀ ਚੋਣ ਹੋਣੀ ਹੈ ਨਾ ਸੰਧਾਲੀਆ ਸਾਹਿਬ ਉਪਚੋਣ ਉਹ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਦਾ ਹਲਕਾ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਜਿਹੜੀ ਬਰਨਾਲੇ ਵਾਲੀ ਚੋਣ ਹੋਣੀ ਉਪਚੋਣ ਉਹ ਮੁੱਖ ਮੰਤਰੀ ਸਾਹਿਬ ਦਾ ਆਬਦਾ ਇਲਾਕਾ ਜਿਹੜੀ ਡੇਰਾ ਬਾਬਾ ਨਾਨਕ ਵਾਲੀ ਚੋਣ ਹੋਣੀ ਹੈ ਉਹ ਸੁਖਜਿੰਦਰ ਸਿੰਘ ਰੰਧਾਵਾ ਸਾਹਿਬ ਦਾ ਇਲਾਕਾ ਤੇ ਜਿਹੜੀ ਚੱਬੇ ਵਾਲਾ ਵਾਲੀ ਚੋਣ ਹੈ ਉੱਥੇ ਡਾਕਟਰ ਰਾਜਕਮਰ ਚੱਬੇ ਵਾਲ ਹੋਰੀ ਜਿਹੜੇ ਆਮ ਆਦਮੀ ਪਾਰਟੀ ਚ ਆ ਗਿਆ ਕਾਂਗਰਸ ਪਾਰਟੀ ਦੇ ਵਿੱਚੋਂ ਤਾਂ ਦਬ ਦਬਾ ਹੈ ਜਾਣੀ ਜੇ ਕੋਈ ਬੰਦਾ ਆਖੇ ਨਾ ਕਿ ਇਹ ਤਾਂ ਸ਼ਹਿਰੀ ਇਲਾਕਾ ਸੀ ਜੀ ਇੱਥੇ ਫਿਰ ਅਕਾਲੀ ਦਲ ਤਾਂ ਨਹੀਂ ਰਹਿ ਗਿਆ ਉਹ ਬਾਕੀ ਚਾਰੇ ਪਿੰਡੂ ਇਲਾਕੇ ਨੇ ਪਰ ਪਿੰਡੂ ਇਲਾਕੇ ਹੋਣ ਦੇ ਬਾਵਜੂਦ ਵੀ ਜੇ ਕੋਈ ਬੰਦਾ ਆਖੇ ਕਿ ਉੱਥੇ ਪਾਈ ਸੁਖਾਲਾ ਹੋ ਜਾਣਾ ਕੰਮ ਤਾਂ ਮੈਨੂੰ ਨਹੀਂ ਝਪਦਾ ਨਹੀਂ ਗੱਲ ਠੀਕ ਆ ਇਹ ਕੈਲਕੂਲੇਸ਼ਨਾਂ ਨੇ ਇਹ ਕੈਲਕੂਲੇਸ਼ਨਾਂ ਕਰਨੀਆਂ ਪੈਣੀਆਂ ਜੇ ਕੋਈ ਕਰਲੇਗੀ ਪਾਰਟੀ ਤੇ ਹੋ ਸਕਦਾ ਕਿਸੇ ਨਾ ਕਿਸੇ ਪਾਸੇ ਤਣਪਤਨ ਕੋ ਲੱਗ ਜੇ ਜੇ ਨਹੀਂ ਤੇ ਕੁਲ ਮਿਲਾ ਕੇ ਹਾਲਾਤ ਤੁਸੀਂ ਠੀਕ ਦਾਸੀ ਦਿੱਤੇ ਆ ਕੱਬ ਕੱਲ ਵੀ ਆਪਾਂ ਜਦੋਂ ਇਲੈਕਸ਼ਨ ਰਿਜ਼ਲਟ ਸੀ ਉਦੋਂ ਇਹ ਗੱਲ ਦਾ ਜ਼ਿਕਰ ਕਰਦੀ ਸੀ ਕਰਾਂ ਫਿਰ ਕਰ ਦਿੰਨਾ ਕਿ ਜਿੱਥੇ ਕਿਤੇ ਵੀ ਖੇਤਰੀ ਪਾਰਟੀਆਂ ਨੇ ਉੱਥੋਂ ਦੇ ਖੇਤਰ ਦੇ ਲੋਕਾਂ ਦਾ ਜੀਵਨ ਪੱਧਰ ਜ਼ਰੂਰ ਧਿਆਨ ਚ ਰੱਖਣਾ ਪੰਜਾਬ ਦੇ ਲੋਕਾਂ ਦਾ ਜੀਵਨ ਪੱਧਰ ਤੇ ਦੇਸ਼ ਤੇ ਬਾਕੀ ਸੂਬਿਆਂ ਦੇ ਵਿੱਚ ਆਮ ਲੋਕਾਂ ਦਾ ਜੀਵਨ ਪੱਧਰ ਉਹਦੇ ਵਿੱਚ ਬਹੁਤ ਫਰਕ ਹੁੰਦਾ ਬਹੁਤ ਡਿਫਰੈਂਸ ਹੁੰਦਾ ਉੱਥੇ ਆਮ ਲੋਕ ਕਈ ਵਾਰਾਂ ਗਰੀਬੀ ਰੇਖਾ ਤੋਂ ਜਿਹੜੀ ਅਸਲ ਗਰੀਬੀ ਰੇਖਾ ਜਿਹਨੂੰ ਆਪਾਂ ਕਹਿੰਦੇ ਉਹ ਤੋਂ ਵਿਚਾਰਾ ਥੱਲੇ ਬੰਦਾ ੱੱਕੇ ਖਾਈ ਜਾਂਦਾ ਹੁੰਦਾ ਤੁਸੀਂ ਆਮ ਕਈ ਵਾਰਾਂ ਤੁਸੀਂ ਜੇ ਕਿਤੇ ਵਿਚਰੇ ਹੋ ਭਾਰਤ ਦੇਸ਼ ਦੇ ਵਿੱਚ ਹੋਰ ਨਾ ਸੂਬਿਆਂ ਦੇ ਵਿੱਚ ਉਹ ਚਾਰਕ ਲੱਕੜਾਂ ਇਕੱਠੀਆਂ ਕਰਕੇ ਉਹ ਛੰਨ ਜੀ ਪਾ ਕੇ ਥੋੜਾ ਜਿਹਾ ਕੂਟਾ ਰਾਜਾ ਬਣਾ ਕੇ ਨਾਲ ਕੋ ਬਲਗਣ ਜੀ ਵਲ ਕੇ ਚਾਰ ਈਟਾਂ ਰੱਖ ਕੇ ਚੁੱਲਾ ਜ ਆ ਚਾਰਕ ਕਪੜੇ ਚਾਰਕ ਪਾਂਡੇ ਉੱਥੇ ਇੱਕ ਬੰਦਾ ਜੀਵਨ ਬਸਰ ਕਰਦਾ ਦਾ ਜੇ ਉਹਨੂੰ ਕੋ ਪੁੱਛੋ ਵੀ ਕੀ ਕਰਦਾ ਜੀ ਇਹ ਖੇਤੀ ਕਰਦਾ ਤੇ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਪੰਜਾਬ ਚ ਖੇਤੀ ਕਰਨ ਨਾਲ ਤੁਹਾਨੂੰ ਕੋ ਇਦਾਂ ਦਾ ਲੱਭਦਾ ਮਤਲਬ ਕਹਿਣ ਤੋਂ ਇਹ ਵੀ ਜੇ ਆਪਾਂ ਇਹ ਕਹੀਏ ਵੀ ਪੰਜਾਬ ਵਾਲਿਆਂ ਦੇ ਵਿੱਚ ਕੋਈ ਕਮੀਆਂ ਜੀ ਇਸ ਕਰਕੇ ਲੀਡਰਸ਼ਿਪ ਨੂੰ ਕੋ ਸਮਝ ਨਹੀਂ ਆਉਂਦੀ ਇਦਾਂ ਨਹੀਂ ਹੈ ਪੰਜਾਬ ਦੇ ਲੋਕਾਂ ਨੂੰ ਪਤਾ ਵੀ ਅਸੀਂ ਆਪਣਾ ਕੀ ਕਰਨਾ ਸੀ ਆਪਣੇ ਜੀਵਨ ਪੱਧਰ ਨੂੰ ਕਿਵੇਂ ਉੱਪਰ ਚੁੱਕਣਾ ਅਸੀਂ ਗਾਂਹ ਤਰੱਕੀ ਕਿਵੇਂ ਕਰਨੀ ਹੈ ਤੇ ਉਹਨਾਂ ਦੀਆਂ ਮੁਸ਼ਕਲਾਂ ਉਹਨਾਂ ਦੀਆਂ ਸਮੱਸਿਆਵਾਂ ਉਹਨਾਂ ਦੀ ਸਿਆਣਪ ਜਿਹੜੀ ਆ ਉਹਦੇ ਹਿਸਾਬ ਨਾਲ ਜੇ ਪੋਲੀਟੀਕਲ ਪਾਰਟੀਆਂ ਆਪਣਾ ਵਾਰ ਨਹੀਂ ਮੇਚਦੀਆਂ ਤੇ ਫਿਰ ਪੰਜਾਬੀ ਇਦਾਂ ਹੀ ਕਰਦੇ ਜਿੱਦਾਂ 2022 ਚ ਕੀਤਾ ਸੀ 24 ਚ ਕੀਤਾ ਸੀ ਜਾਂ ਐ ਸਰਜੂਨੀ ਚੋਣ ਦੇ ਵਿੱਚ ਕੀਤਾ ਕਿਉਂਕਿ ਉਹ ਕਿਸੇ ਦੇ ਸਗੇ ਨਹੀਂ ਕਿਸੇ ਦੇ ਵੱਦੇ ਨਹੀਂ ਨਾ ਕਿਉਂਕਿ ਉਹ ਤਾਂ ਸਾਰਾ ਕੁਝ ਦੇਖ ਸਕਦੇ ਆ ਕਿ ਅੱਛਾ ਜੀ ਚੱਲ ਕੀ ਰਿਹਾ ਹੋ ਕੀ ਰਿਹਾ ਤੇ ਆਪਾਂ ਉਹਨਾਂ ਗਾਂਹ ਕੀ ਕਰਨਾ ਇਸ ਕਰਕੇ ਜਿੰਨੀਆਂ ਵੀ ਪੋਲਿਟੀਕਲ ਪਾਰਟੀਆਂ ਨੇ ਜੀਤੀ ਉਹਨਾਂ ਨੇ ਇਸ ਵਕਤ ਰੈਲੇਵੈਂਟ ਰਹਿਣਾ ਤੇ ਫਿਰ ਉਹਨਾਂ ਨੂੰ ਇਹ ਬਿਲਕੁਲ ਕਰਨਾ ਪਊਗਾ ਕਿ ਜੋ ਲੋਕਾਂ ਦੀ ਨਬਜ਼ ਆ ਉਹਦੇ ਹਿਸਾਬ ਨਾਲ ਚੱਲਣਾ ਪਊਗਾ ਵਲਸ਼ਾਲ ਜੀ ਰੱਖਣਾ ਉਹੋ ਜਿਹਾ ਰੱਖ ਲਿਓ ਜਿਹੜਾ ਲੋਕਾਂ ਤੱਕ ਆਵੇ ਨਾ ਵੈਸੇ ਆ ਹੀ ਜਾਂਦਾ ਹੁਣ ਅੱਜਕੱਲ ਦਾ ਲੋਕਿਆ ਕੁਝ ਰਹਿੰਦਾ ਨਹੀਂ ਪਰ ਜੇ ਵੱਲਛਲ ਲੋਕਾਂ ਨੂੰ ਪਤਾ ਲੱਗ ਜੇ ਵੀ ਇਹਦੇ ਚਾ ਹੈਗਾ ਤੇ ਉਸ ਤੋਂ ਬਾਅਦ ਲੋਕ ਕਿਸੇ ਦੇ ਸਕੇ ਹੈ ਨਹੀਂ WhatsApp ਇਹ ਤਾਂ ਚਲੋ ਅਕਾਲੀ ਦਲ ਦੀ ਗੱਲ ਹੋ ਗਈ ਮੰਨ ਲਾਦਾ ਆਪਾਂ ਉਡੀਕ ਲਈਏ ਕਿ ਇਸ ਵਕਤ ਜਹਦਰ ਸਾਹਿਬ ਕੀ ਕਹਿੰਦੇ ਨੇ ਜਾਂ ਉਸ ਤੋਂ ਬਾਅਦ ਨਰਾਜ਼ ਤੜਾਕੀ ਕਹਿੰਦਾ ਜਾਂ ਮੁੱਖ ਅਕਾਲੀ ਦਲ ਵੱਲੋਂ ਕੀ ਗੱਲ ਆਉਂਦੀ ਹੈ ਜਾਂ ਜਿਉਂ ਉਹਨਾਂ ਦੀ ਆਉਣ ਵਾਲੇ ਦਿਨਾਂ ਵਿੱਚ ਮੀਟਿੰਗ ਹੁੰਦੀ ਹੈ ਉਸ ਤੋਂ ਬਾਅਦ ਉਹ ਕੀ ਫੈਸਲਾ ਲੈਂਦੇ ਆ ਪਰ ਜੇ ਆਪਾਂ ਇਹਦੇ ਵਿੱਚ ਜ਼ਿਕਰ ਕਰੀਏ BJP ਦਾ ਅਜੇ ਤੁਸੀਂ ਦੇਖੋ ਵੀ 2022 'ਚ ਇਹ ਚਰਚਾ ਚੱਲਦੀ ਸੀ BJP ਉਹ ਕਿੱਥੋਂ ਆਜੂ ਪੰਜਾਬ 'ਚ ਪਰ ਹੌਲੀ-ਹੌਲੀ ਫਿਰ ਜਿਵੇਂ ਲੀਡਰ ਉਹਦੇ 'ਚ ਜਾਣੇ ਸ਼ੁਰੂ ਹੋਏ ਔਰ ਲੰਗੀਆਂ ਲੋਕ ਸਭਾ ਚੋਣਾਂ ਦੇ ਵਿੱਚ ਅਗਲਿਆਂ ਦਾ ਵੋਟ ਪਰਸੈਂਟੇਜ ਵਧਾਤਾ 18% ਦੀ ਤੋਂ ਵੱਧ ਵੋਟਾਂ ਲਈ ਬੈਠੇ ਨੇ ਉਹ ਉਹਦੇ ਤੋਂ ਬਾਅਦ ਜੇ ਆਪਾਂ ਐਸ ਜਲੰਧਰ ਵੈਸਟ ਹਲਕੇ ਦੀ ਗੱਲ ਕਰਦੀਏ ਭਾਵੇਂ ਸ਼ੀਤਲ ਲੰਗਰਾਲ ਸਾਹਿਬ ਉਦੋਂ ਉਧਰ ਗਏ ਹਾਲਾਂਕਿ ਚਰਚਾ ਵਿੱਚ ਵਿੱਚ ਦਬੀ ਦਬੀ ਇਹ ਵੀ ਹੈ ਵੀ ਜੇ ਸ਼ੀਤਲ ਲੰਗਰਾਲ ਹੋਰਾਂ ਦੀ ਜਗ੍ਹਾ ਦੇ ਉੱਪਰ ਕੋਈ ਹੋਰ ਉਮੀਦਵਾਰ ਉੱਥੋਂ ਹੁੰਦਾ ਹਾਲਾਂਕਿ ਰਿੰਕੂ ਸਾਹਿਬ ਜਾਂ ਰਿੰਕੂ ਸਾਹਿਬ ਦੇ ਪਰਿਵਾਰ ਦੇ ਕਿਸੇ ਜੀ ਦੀ ਚਰਚਾ ਚੱਲਦੀ ਹੈ ਤੇ ਸ਼ਾਇਦ ਨਤੀਜਾ ਕੁਝ ਹੋਰ ਹੁੰਦਾ ਚਲੋ ਜੋ ਵੀ ਆ ABC D ਹੁੰਦਾ ਫਿਲਹਾਲ ਵੀ ਭਾਜਪੀ ਦੂਸਰੇ ਨੰਬਰ ਤੇ ਆ ਗਈ ਆਮ ਆਦਮੀ ਪਾਰਟੀ ਤੇ ਬੀਜੇਪੀ ਦੀ ਬਣਦੀ ਜਾ ਰਹੀ ਹੈ ਪੰਜਾਬ ਦੇ ਵਿੱਚ ਤੇ ਤੁਸੀਂ ਇਹ ਅੰਦਾਜ਼ਾ ਲਾਓ ਪਿਆ ਤੂੰ 4-5 ਸਾਲ ਬਾਅਦ ਦਾ ਪੰਜਾਬ ਦਾ ਸਿਆਸੀ ਦ੍ਰਿਸ਼ ਕਿ ਉਹ ਜਾਊਗਾ ਮੈਨੂੰ ਬੀਜੇਪੀ ਦੇ ਵੋਟ ਸ਼ੇਅਰ ਦੇ ਵਿੱਚ ਦਿਲਚਸਪੀ ਸੀ ਕਿਉਂਕਿ 18% ਵੋਟਾਂ ਲਈਆਂ ਸੀ ਤੇ ਜਲੰਧਰ ਵੈਸਟ ਦੇ ਵਿੱਚ ਉਹਨਾਂ ਨੇ ਆਪਣੀ ਉਹ ਵੋਟ ਫੀਸ ਦੀ ਕੈਂਮ ਰੱਖੀ ਹੈ ਪੂਰਾ ਕੁ ਵਧਾ ਲਈ ਹੈ ਯਾਨੀ ਤੁਸੀਂ ਦੇਖੋ ਨਾ 55000 ਵੋਟ ਆਮ ਆਦਮੀ ਪਾਰਟੀ ਨੂੰ ਪੈਂਦੀ ਹੈ 40000 ਬਾਕੀ ਸਾਰਿਆਂ ਨੂੰ ਪੈਂਦੀ ਹੈ ਮਤਲਬ 95000 ਕੁੱਲ ਵੋਟਾਂ ਜੇ ਪਈਆਂ ਉਦੇ ਵਿੱਚੋਂ ਜੇ 17 18000 ਵੋਟਾਂ ਇਹਨਾਂ ਦੀਆਂ ਤੇ ਇਹਦਾ ਮਤਲਬ ਹੈ ਕਿ ਉਹ ਆਪਣਾ ਔਸਤ ਕਾਇਮ ਰੱਖ ਗਿਆ ਹਾਲਾਂਕਿ ਆਮ ਆਦਮੀ ਪਾਰਟੀ ਨੇ ਲਪੇਟ ਦਿੱਤੇ ਸਾਰੇ ਹੀ ਉਥੇ ਸਾਰਿਆਂ ਦੀਆਂ ਵੋਟਾਂ ਖਿੱਚ ਲਈਆਂ ਪਰ ਹਾਰਨ ਦੇ ਬਾਵਜੂਦ ਦੂਸਰੇ ਥਾਂ ਤੇ ਆਉਣ ਦੇ ਬਾਵਜੂਦ ਵੀ ਭਾਰਤੀ ਜਨਤਾ ਪਾਰਟੀ ਨੇ ਆਪਣਾ ਵੋਟ ਫੀਸਤੀ ਜਿਹੜਾ ਉਹ ਕਾਇਮ ਰੱਖ ਲਿਆ ਇਹ ਗੱਲ ਠੀਕ ਹੈ ਕਿ ਕਾਂਗਰਸ ਪਾਰਟੀ ਵੱਧ ਲੋਕ ਸਭਾ ਦੀਆਂ ਸੀਟਾਂ ਜਿੱਤੀ ਸੀ ਪਰ ਭਾਰਤੀ ਜਨਤਾ ਪਾਰਟੀ ਨੂੰ ਜੇ ਕੋਈ ਬੰਦਾ ਹੁਣ ਪੰਜਾਬ ਦੀ ਰਾਜਨੀਤੀ ਦੇ ਵਿੱਚੋਂ ਮਨਫੀ ਕਰਕੇ ਦੇਖੂਗਾ ਕਿ ਨਾ ਜੀ ਇਹ ਤਾਂ ਪਿੰਡਾਂ 'ਚ ਨਹੀਂ ਹੈਗੀ ਇਹ ਤਾਂ ਸ਼ਹਿਰਾਂ ਦੇ ਵਿੱਚ ਹੀ ਹੈ ਤੇ ਸੰਧਾਲੀਆ ਸਭ ਹੁਣ ਇਹ ਸਾਰੇ ਮਸਲੇ ਦੇ ਵਿੱਚ ਵੋਟਰ ਜਰੂਰ ਧਿਆਨ ਰੱਖਣ ਅਸੀਂ ਪੰਜਾਬ ਦੇ ਵਿੱਚ ਜਲੰਧਰ ਪੱਛਮੀ ਹਲਕੇ ਦੀ ਡਿਵੈਲਪਮੈਂਟ ਚੋਣਾਂ ਤੋਂ ਬਾਅਦ ਹੁਣ ਕਿੰਨੀ ਖੁੰਦੀ ਆ ਵਿਕਾਸ ਕਿੰਨਾ ਕੁ ਹੁੰਦਾ ਹੈ ਪੈਨ ਡਰਾਈਵ ਜਿਹੜੀ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸ਼ੀਤਲੰਗਰਾਲ ਸਾਹਿਬ ਲੈ ਕੇ ਫਿਰਦੇ ਸੀ ਉਹ ਸੁਰਮਈ ਜੀ ਡੱਬੀ ਦੇ ਵਿੱਚ ਉਹ ਪੈਨ ਡਰਾਈਵ ਦੇ ਵਿੱਚੋਂ ਕੁਝ ਨਿਕਲਦਾ ਜਾਂ ਸਿਆਸੀ ਸ਼ਗੂਫਾਸ਼ ਸਾਬਿਤ ਹੁੰਦਾ ਹੈ ਮੁੱਖ ਮੰਤਰੀ ਸਾਹਿਬ ਦੁਆਰਾ ਲੋਕਾਂ ਦੇ ਨਾਲ ਇਸ ਹਲਕੇ ਨੂੰ ਬੈਸਟ ਬਣਾਉਣ ਦੇ ਕੀਤੇ ਵਾਦੇ ਕਿੰਨੀ ਕਿ ਛੇਤੀ ਵਫਾ ਹੁੰਦੇ ਆ ਉਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਧਿਆਨ ਰਹੂਗਾ ਇਹ ਨਾ ਹੋਵੇ ਕਿ ਭਾਈ ਹੁਣ ਇਲੈਕਸ਼ਨ ਹੋ ਗਈ ਹੈ ਬੰਦਾ ਜਿੱਤ ਗਿਆ ਤੇ ਹੁਣ ਤੂੰ ਕੌਣ ਤੇ ਮੈਂ ਕੌਣ ਉਹਨਾਂ ਨੇ ਹਫ਼ਤੇ ਦੇ ਵਿੱਚ ਦੋ ਤਿੰਨ ਦਿਨ ਇੱਥੇ ਵੀ ਰਹਿਣਾ ਹੈ ਮਾਝੇ ਤੇ 도ਆਬੇ ਦੇ ਲੋਕਾਂ ਦੀਆਂ ਕਹਿੰਦੇ ਸੀ ਸਮੱਸਿਆਵਾਂ ਸੁਣਨੀਆਂ ਉਹ ਸਾਰੀਆਂ ਚੀਜ਼ਾਂ ਹੁਣ ਸਾਡੀ ਨਜ਼ਰ ਦੇ ਵਿੱਚ ਵਿੱਚ ਦੀ ਹੋ ਜਾਣ ਤਾਂ ਸਾਨੂੰ ਚੰਗਾ ਲੱਗੂਗਾ ਸਾਰੀਆਂ ਪਾਰਟੀਆਂ ਚਿੰਤਨ-ਮੰਥਨ ਕਰਨ ਬੈਠ ਕੇ ਕਿ ਭਾਈ ਆਪਾਂ ਕੰਮ ਢੰਗ ਕਿਵੇਂ ਤਬਦੀਲ ਕਰਨਾ ਫਿਰ ਕਿਸੇ ਪਾਸੇ ਜਾ ਕੇ ਲੋਕਾਂ ਦੀ ਗੱਲ ਸੁਣੀ ਜਾਊਗੀ ਇਹ WhatsApp ਠੀਕ ਹੈ ਗੱਲ ਤੁਹਾਡੀ ਤੁਸੀਂ ਜਿਹੜਾ ਹੁਣ ਰਾਜਕਰਦੀ ਧੇਰਾਲੇ ਪਾਸੇ ਇਸ਼ਾਰਾ ਕੀਤਾ ਨਾ ਇੱਕ ਗੱਲ ਤੇ ਪੱਕੀ ਆ ਵੀ ਰਾਜਕਰਦੀ ਧੇਰਾਲਿਆਂ ਦੇ ਲਈ ਲੱਡੂ ਹੁਣ ਬਣਦੇ ਆ ਜੀ ਸਦਕੇ ਖਾਣ ਭਾਵੇਂ ਹਫਤਾ ਖਾਂਦੇ ਰਣ ਕੋਈ ਤਰਾਜ ਨਹੀਂ ਸ਼ੁਕਰ ਸ਼ਾਕਰ ਦੀ ਥੋੜਾ ਜਿਆ ਖਿਆਲ ਰੱਖਣ ਬਾਕੀ ਠੀਕ ਆ ਜੀ ਉਹਨਾਂ ਨੂੰ ਇਹ ਲੱਗਦਾ ਵੀ ਹਾਂਜੀ ਇਧਰ ਉਧਰ ਵਧਾਈਆਂ ਦੇਣੀਆਂ ਉਹਦਾ ਵੀ ਕੋਈ ਰੌਲਾ ਨਹੀਂ ਜਿਹੜੇ ਬੰਦੇ ਆ ਜਲੰਧਰ ਵੈਸਟ ਹਲਕੇ ਦੇ ਵਿੱਚੋਂ ਜਾਂ ਜਲੰਧਰ ਹਲਕੇ 'ਚੋਂ ਭਾਜਪਾ ਜਾਂ ਆਮ ਆਦਮੀ ਪਾਰਟੀ ਚਾਏ ਸੀ ਹੋ ਸਕਦਾ ਪੀ ਉਹਨਾਂ ਨੂੰ ਕਿਤੇ ਨਾ ਕਿਤੇ ਐਡਜਸਟ ਕਰ ਦਿਆ ਜੇ ਟਾਈਮ ਲੱਗੇ ਮੈਨਾਂ 10 ਦਿਨ ਲਾਉਣ 15 ਲਾਉਣ 20 ਲਾਉਣ ਮਹੀਨਾ ਲਾ ਲੈਣ ਪਰ ਉਹਦੇ ਤੋਂ ਬਾਅਦ ਦੁਬਾਰਾ ਕੰਮ ਵਾਲੇ ਥਾਂ ਦੇ ਉੱਪਰ ਆਉਣਾ ਪੈਣਾ ਠੀਕ ਹੈ ਗੱਲ ਤੁਹਾਡੀ ਮੁੱਖ ਮੰਤਰੀ ਸਾਹਿਬ ਨੇ ਟਵੀਟ ਕੀਤਾ ਉਹਨਾਂ ਨੇ ਆਪਣੇ ਵੱਲੋਂ ਕਿਹਾ ਵੀ ਵੱਡੀ ਜਿੱਤ ਆ ਇਹਦੇ ਲਈ ਬੜੇ ਧੰਨਵਾਦੀ ਆ ਲੋਕਾਂ ਨੇ ਵਿਕਾਸ ਤੇ ਜਾਂ ਆਮ ਆਦਮੀ ਪਾਰਟੀ ਦੇ ਕੀਤੇ ਕੰਮਾਂ ਤੇ ਮੋਹਰ ਲਾਈ ਆ ਹੈ ਨਾ ਜੀ ਸਾਥ ਦਿੱਤਾ ਵੀ ਉਹਨਾਂ ਦਾ ਵਿਸ਼ਵਾਸ ਆ ਦੇਖੋ ਜਿੱਤ ਇਹ ਗੱਲ ਵਾਕਿਆ ਹੀ ਇਦਾਂ ਆ ਤੇ ਪੂਰੇ ਪੰਜਾਬ 'ਚ ਇਦਾਂ ਆ ਫਿਰ ਤੇ ਮੈਨੂੰ ਲੱਗਦਾ ਵੀ ਕੰਮ ਕਰਨ ਦੀ ਲੋੜ ਹੀ ਨਹੀਂ ਫਿਰ ਤੇ ਜਿੰਨਾ ਕਰਤਾ ਉਹਦੇ ਹਿਸਾਬ ਨਾਲ ਕੰਮ ਚੱਲੀ ਜਾਂਦਾ ਫਿਰ ਤੇ 27 ਦੇ ਵਿੱਚ ਲੋਕਾਂ ਨੇ ਹੋ ਸਕਦਾ ਲੋਕ ਇੰਨੀ ਵੱਡੀ ਲੀਡ ਦੇ ਨਾਲ ਆਮ ਆਦਮੀ ਪਾਰਟੀ ਨੂੰ ਫੇਜਿਤਾ ਦਨ ਜੇ ਇਹ ਸੱਚ ਹੈ ਤੇ ਜੀ ਤੇ ਜੇ ਇਹ ਸੱਚ ਨਹੀਂ ਤੇ ਫਿਰ ਮੇਰਾ ਖਿਆਲ ਅੰਦਰ ਬੈਠ ਕੇ ਜਿੱਦਾਂ ਲੋਕ ਸਭਾ ਚੋਣਾਂ ਤੋਂ ਬਾਅਦ ਕਦੀ ਐਮਐਲਏਜ਼ ਦੀ ਮੀਟਿੰਗ ਕਦੀ ਹਲਕਾ ਇੰਚਾਰਜਾਂ ਦੀ ਮੀਟਿੰਗ ਕਦੀ ਮੰਤਰੀਆਂ ਦੀ ਮੀਟਿੰਗ ਕਦੀ ਵਰਕਰਾਂ ਦੀ ਮੀਟਿੰਗ ਮੁੱਖ ਮੰਤਰੀ ਸਾਹਿਬ ਨੇ ਕੀਤੀ ਸੀ ਉਹ ਸਾਰੇ ਕੁਝ ਨੂੰ ਕੰਟੀਨਿਊ ਰੱਖਣ ਬਜਾਏ ਦੇ ਕਿ ਵੀ ਇੱਕ ਥਾਂ ਦੇ ਉੱਪਰ ਇੱਕ ਹਲਕੀ ਜਿਹੀ ਇੱਕ ਐਮਐਲਏ ਸਾਹਿਬ ਕੀ ਕਰ ਰਿਹਾ ਤੇ ਉਹਨਾਂ ਦੀ ਸੁਣੀ ਜਾਵੇ ਨਾਲ ਦੀ ਨਾਲ ਜਿਹੜੇ ਕੋ ਆਸੇ ਪਾਸੇ ਵਾਲੇ ਬੰਦੇ ਹੁੰਦੇ ਆ ਉਹਨਾਂ ਨੂੰ ਵੀ ਸੱਦ ਕੇ ਬੁਲਾ ਕੇ ਕਈ ਵਾਰਾ ਇਨਫੋਰਮੇਸ਼ਨ ਲੈ ਲੈਣੀ ਚਾਹੀਦੀ ਵੀ ਹਾਂਜੀ ਕਿੱਦਾਂ ਚੱਲ ਰਿਹਾ ਕਿਵੇਂ ਚੱਲ ਰਿਹਾ ਇਹ ਨਾ ਹੋਵੇ ਕਿ ਵੀ ਐਸ ਜਿੱਤ ਤੋਂ ਬਾਅਦ ਇਹ ਹੁੰਦਾ ਨਾ ਵੀ ਮਤਲਬ ਝੜ ਗਿਆ ਹੋ ਗਿਆ ਵੀ ਠੰਡਾ ਹੋ ਗਿਆ ਵੀ ਮੌਸਮ ਠੰਡਾ ਬੰਦਾ ਸੋਚਦੇ ਨੇ ਵੀ ਇਹ ਜਿਹੜਾ ਝਾੜਿਆ ਉਹਨੇ ਇੱਕ ਥਾਂ 'ਚ ਜਿੰਨੇ ਥਾਂ ਦੇ ਵਿੱਚ ਬਦਲ ਦੀ ਛਾਂ ਆ ਆਸ-ਪਾਸੇ ਉਸੇ ਤਰ੍ਹਾਂ ਦੀ ਧੋਪ ਆ ਮੈਨੂੰ ਇਹ ਆ ਵੀ ਇਹ ਭੁਲੇਖਾ ਨਾ ਰਹਿ ਜਵੇ ਕਿਤੇ ਕਿਸੇ ਵੇਲੇ ਹੁੰਦਾ ਵੀ ਕੋਈ ਗੱਲ ਉਧਰ-ਇਧਰ ਨਹੀਂ ਕੋਈ ਪਹਚਾਉਂਦਾ ਆਪਾਂ ਮੈਂ ਚਲੋ ਮੀਡੀਆ 'ਚ ਕਰਦੇ ਨੇ ਕਿਹੜੇ ਪਹੁੰਚਦੀ ਪਹੁੰਚਦੀ ਕੋਈ ਸਲਾਹਕਾਰ ਹੀ ਪਹਚਾ ਦਿੰਦਾ ਯਾਰ ਉਹ ਟੈਲੀਵਿਜ਼ਨ 'ਅਲ ਏਦਾਂ ਕਹਿੰਦੇ ਸਾਬ ਦੀ ਸਵਾਲ ਇੱਕ ਸਿਆਸੀ ਪਾਰਟੀ ਨੂੰ ਬਚਾਉਣ ਦਾ ਜਾਂ ਪੰਜਾਬ ਨੂੰ ਬਚਾਉਣ ਦਾ ਜੇ ਤਾਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਇਹ ਸੋਚੇਗੀ ਕਿ ਸਾਡੀ ਪਾਰਟੀ ਮਜ਼ਬੂਤ ਚਾਹੀਦੀ ਹੈ ਬਾਕੀ ਕੋਈ ਨਹੀਂ ਅਕਾਲੀ ਕਾਂਗਰਸੀ ਇਹ ਸੋਚਣਗੇ ਬੀਜੇਪੀ ਵਾਲੇ ਕਿ ਸਾਡੀ ਪਾਰਟੀ ਉੱਪਰ ਕਿੱਦਾਂ ਜਾਂਦੀ ਹੈ ਸਾਨੂੰ ਉਹਦੇ ਨਾਲ ਮਤਲਬ ਹੈ ਪੰਜਾਬ ਦਾ ਕੋਈ ਨਹੀਂ ਨਾ ਤਾਂ ਕਰਜ਼ਾ ਲੈਣਾ ਨਾ ਖੇਤੀਬਾੜੀ ਸੁਧਰਨੀ ਹੈ ਨਾ ਰੋਜ਼ਗਾਰ ਪੈਦਾ ਹੋਣਾ ਕੁਝ ਨਹੀਂ ਹੋਣਾ ਫਿਰ ਇਹ ਤਾਂ ਮਜ਼ਬੂਤ ਫੈਸਲੇ ਸੰਧਾਲਿਆ ਸਭ ਲੈਣੇ ਪੈਣੇ ਆ ਜੇ ਆ ਭਗਵੰਤ ਮਾਨ ਸਾਹਿਬ ਕੋ 2.5 ਸਾਲ ਨੇ ਮੈਂ ਇੱਕ ਉਦਾਹਰਣ ਦਿੰਨਾ ਚੰਦ ਘੰਟੇ ਪਹਿਲਾਂ ਸਾਡੇ ਕੌਂਡ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਵਿੱਚ ਸੁਖਵਿੰਦਰ ਸਿੰਘ ਸੁੱਖੂ ਦੀ ਸਰਕਾਰ ਹੈ ਕਾਂਗਰਸ ਪਾਰਟੀ ਦੀ ਮੈਨੂੰ ਨਹੀਂ ਪਤਾ ਸੁਖੂ ਸਾਹਿਬ ਕਿੱਦਾਂ ਦੇ ਬੰਦੇ ਐ ਸ਼ਾਨਨ ਬਿਜਲੀ ਪ੍ਰੋਜੈਕਟ ਦਾ ਸਾਡਾ ਪੰਗਾ ਉਹਨਾਂ ਦੇ ਨਾਲ ਪਿਆ ਰਿਹਾਦਾ ਉਹਨਾਂ ਦੇ ਕੋਲੇ ਬਹੁਤ ਥੋੜਾ ਜਿਹਾ ਬਹੁਮਤ ਹੈ 2-4 ਐਮ ਐਲ ਏਜ਼ ਦਾ ਹੀ ਬਹੁਤ ਥੋੜਾ ਨਿੱਕਾ ਜਿਹਾ ਇਹਦੇ باوجود ਵੀ ਉਹਨਾਂ ਨੇ ਇੱਕ ਫੈਸਲਾ ਕੀਤਾ ਮੈਨੂੰ ਚੱਜਦਾ ਲੱਗਿਆ ਤੇ ਸਾਡੇ ਕੋਲ ਪੰਜਾਬ ਦੇ ਵਿੱਚ 92 ਸੀਟਾਂ ਦਾ ਬਹੁਮਤ ਹੈ 92 ਸੀਟਾਂ ਕਮਾਲ ਦਾ ਪ੍ਰਚੰਡ ਬਹੁਮਤ ਜਿਹੜਾ ਇਹ ਨੇਪਾਲ ਵਾਲਾ ਪ੍ਰਚੰਡ ਨਹੀਂ ਇਹ ਪ੍ਰਚੰਡ ਬਹੁਮਤ ਵਾਲੀ ਗੱਲ ਹੈ ਹੁਣ ਸੁਖਵਿੰਦਰ ਸਿੰਘ ਸੁਖੂ ਹਰਿਆਣੇ ਕੀ ਕੀਤਾ ਮੈਂ ਫੇਰ ਕਹਿੰਨਾ ਜੇ ਤਾਂ ਸਿਆਸੀ ਪਾਰਟੀਆਂ ਨੂੰ ਬਚਾਉਣਾ ਹੈ ਫਿਰ ਫੈਸਲੇ ਹੋਰ ਹੋਣੇ ਆ ਜੇ ਸਿਆਸੀ ਪਾਰਟੀਆਂ ਨੂੰ ਮਜ਼ਬੂਤ ਕਰਨਾ ਡਿਸੀਜਨ ਹੋਰ ਹੋਣੇ ਆ ਜੇ ਪੰਜਾਬ ਲਈ ਫੈਸਲੇ ਕਰਨੇ ਆ ਸਖਤ ਹੋਣਾ ਪਊਗਾ ਸੁਖਵਿੰਦਰ ਸਿੰਘ ਸੁਖੂ ਨੇ ਕੀ ਕੀਤਾ ਸਾਡੇ ਗੁਆਣ ਦੇ ਵਿੱਚ ਹਿਮਾਚਲ ਜਿਹਦਾ ਬਹੁਤਾ ਹਿੱਸਾ ਕਦੇ ਸਾਡੇ ਪੰਜਾਬ ਦਾ ਹੀ ਹੁੰਦਾ ਸੀ ਉੱਥੇ 125 ਯੂਨਿਟ ਬਿਜਲੀ ਮੁਫਤ ਮਿਲਦੀ ਸੀ ਸੰਧਾਲੀਆਂ ਸਾਬ ਮਹੀਨੇ ਦੀ 125 ਕਿਨਾਂ ਨੂੰ ਮੁੱਖ ਮੰਤਰੀ ਨੂੰ ਵੀ ਸਾਬਕਾ ਮੁੱਖ ਮੰਤਰੀਆਂ ਨੂੰ ਵੀ ਮੰਤਰੀਆਂ ਨੂੰ ਵੀ ਸਾਬਕਾ ਮੰਤਰੀਆਂ ਨੂੰ ਵੀ ਵਿਧਾਇਕਾਂ ਨੂੰ ਵੀ ਸਾਬਕਾ ਵਿਧਾਇਕਾਂ ਨੂੰ ਵੀ ਬੋਰਡਾਂ ਕਾਰਪੋਰੇਸ਼ਨਾਂ ਦੇ ਸਾਬਕਾ ਚੇਅਰਪਰਸਨਾਂ ਨੂੰ ਵੀ ਮੌਜੂਦਾ ਚੇਅਰਪਰਸਨਾਂ ਨੂੰ ਵੀ ਬਹੁਤ ਵੱਡੇ ਵੱਡੇ ਕਲਾਸ 1 ਤੇ ਕਲਾਸ 2 ਦੇ ਆਫੀਸਰਸ ਨੂੰ ਵੀ ਸਵਾ 100 ਯੂਨਿਟ ਮੁਫਤ ਠੀਕ ਹੈ ਸੁਖਵਿੰਦਰ ਸਿੰਘ ਸੁਖੂ ਹਰਣ ਨੇ ਫੈਸਲਾ ਕੀਤਾ ਉਹ ਕਹਿੰਦੇ ਨਹੀਂ ਕੋਈ ਸਾਬਕਾ ਮੁੱਖ ਮੰਤਰੀ ਨਹੀਂ ਕੋਈ ਮੌਜੂਦਾ ਮੁੱਖ ਮੰਤਰੀ ਨਹੀਂ ਕੋਈ ਮੰਤਰੀ ਸਾਬਕਾ ਮੰਤਰੀ ਕੋਈ ਐਮਐਲਏ ਕੋਈ ਸਾਬਕਾ ਐਮਐਲਏ ਕੋਈ ਅਫਸਰ ਵੱਡਾ ਕਿਸੇ ਨੂੰ ਬਿਜਲੀ ਮੁਫਤ ਨਹੀਂ ਸਾਰੇ ਚੰਗੀਆਂ ਤਨਖਾਹਾਂ ਲੈਂਦੇ ਆ ਬਿੱਲ ਦਿਓ ਬਿਜਲੀ ਦਾ ਉਹਨਾਂ ਦੇ ਬਿਜਲੀ ਮੰਤਰੀ ਨੇ ਵੀ ਕਿਹਾ ਕਿ ਸਾਡੇ ਕੋਲੇ ਜਿਹੜਾ ਹਿਮਾਚਲ ਪ੍ਰਦੇਸ਼ ਦਾ ਬਿਜਲੀ ਬੋਰਡ ਹੈ ਉਹਦੇ ਕਰਮਚਾਰੀਆਂ ਨੂੰ ਦੇਣ ਨੂੰ ਤਨਖਾਹ ਨਹੀਂ ਹਜ਼ਾਰ ਕਰੋੜ ਰੁਪਏ ਦਾ ਘਾਟਾ ਪੈਂਦਾ ਹੈ ਅਸੀਂ ਕਿਉਂ ਦੇਈਏ ਅਮੀਰ ਬੰਦਿਆਂ ਨੂੰ ਬਿਜਲੀ ਮੁਫਤ ਇੱਕ ਮਿੰਟ ਦੇ ਵਿੱਚ ਡਿਸੀਜਨ ਕਰਕੇ ਨੋਟੀਫਿਕੇਸ਼ਨ ਜਾਰੀ ਕੀਤਾ ਇਹ ਚੰਦ ਘੰਟੇ ਪਹਿਲਾਂ ਦੀ ਗੱਲ ਹੈ ਉਹ ਜੇ ਤਾਂ ਸੂਬਾ ਲਿਆਉਣਾ ਪੈਰਾ ਸਰ ਫਿਰ ਇਦਾਂ ਦੇ ਡਿਸੀਜਨ ਕਰਨੇ ਪੈਣਗੇ ਸਾਰੀਆਂ ਬੀਬੀਆਂ ਨੂੰ ਬੱਸਾਂ ਦੇ ਵਿੱਚ ਮੁਫਤ ਸਫ਼ਰ ਕਰਨ ਦੀ ਆਗਿਆ ਦੇਣ ਦੀ ਲੋੜ ਨਹੀਂ ਸਾਰੇ ਕਿਸਾਨਾਂ ਨੂੰ ਬਿਜਲੀ ਮੁਫਤ ਦੇਣ ਦੀ ਲੋੜ ਨਹੀਂ ਚਾਹੇ ਡਿਸੀਜਨ ਤੁਸੀਂ ਕੀਤਾ ਚਾਹੇ ਤੁਹਾਡੇ ਤੋਂ ਪਹਿਲਿਆਂ ਨੇ ਕੀਤਾ ਸਾਰਿਆਂ ਨੂੰ 3-300 ਯੂਨਿਟ ਬਿਜਲੀ ਮੁਫਤ ਦੀ ਲੋੜ ਨਹੀਂ ਸੰਧਾਲਿਆ ਸਭ ਸੂਬਾ ਵਿੱਤੀ ਤੌਰ ਤੇ ਸੰਕਟਚ ਹੈ ਸੂਬੇ ਦੀ ਸਰਕਾਰ ਨੂੰ ਬਹੁਤ ਸਾਰੇ ਐਸੇ ਫੈਸਲੇ ਕਰਨੇ ਚਾਹੀਦੇ ਤਾਂ ਮੈਂ ਸਾਫ਼ ਕਹਿਣਾ ਲੋਕ ਸ਼ਲਾਘਾ ਕਰਨਗੇ ਤੁਹਾਡੀ ਲੋਕ ਤੁਹਾਡੇ ਤਰਕਸੰਗਤ ਫੈਸਲਿਆਂ ਦੇ ਨਾਲ ਤੁਰਨਗੇ ਜੇ ਤਾਂ ਸੂਬਾ ਬਚਾਉਣਾ ਮੈਂ ਕਹਿਣਾ ਕਿ ਤੁਸੀਂ ਆ ਜਿਹੜੇ ਅਮੀਰ ਬੰਦਿਆਂ ਨੂੰ ਸਬਸਿਡੀਆਂ ਜਾਂ ਮੁਫਤ ਮਿਲਦਾ ਉਹ ਬੰਦ ਕਰ ਦਿਓ ਚਾਹੇ ਮੂੰਗੀ ਆਪ ਹੀ ਖਰੀਦ ਲਵੇ ਪੰਜਾਬ ਸਰਕਾਰ ਚਾਹੇ ਕੋਈ ਬਦਲਵੀਂ ਫਸਲ ਸਬਜ਼ੀ ਕੋਈ ਫਲ ਆਪ ਹੀ ਪੈਸੇ ਨਾਲ ਖਰੀਦ ਹੁਣੀਆਂ ਨਾ ਮਸਲਾ ਤਾਂ ਪੈਸੇ ਦਾ ਤੇ ਜਿਹੜਾ ਉਧਰਲੇ ਪਾਸੇ ਅਮੀਰ ਲੋਕਾਂ ਨੂੰ ਮੁਫਤ ਚੀਜ਼ਾਂ ਜਾਂਦੀਆਂ ਉਹਨਾਂ ਦੀ ਬੰਦ ਕਰ ਦਿਓ ਤੇ ਜਿਹੜੇ ਬੰਦੇ ਲੋੜਵੰਦ ਨੇ ਚਾਹੇ ਸਬਸਿਡੀ ਵਧਾ ਦਿਓ। ਯਾਨੀ ਥੋੜੀ ਜਿਹੀ ਤਰਕਸੰਗਤ ਮੈਨੂੰ ਸੁਖਵਿੰਦਰ ਸਿੰਘ ਸੁਖੂ ਮੈਨੂੰ ਨਹੀਂ ਪਤਾ ਹਿਮਾਚਲ ਦੇ ਮੁੱਖ ਮੰਤਰੀ ਕਿੰਨੇ ਕੁ ਚੰਗੇ ਕਿੰਨੇ ਕੁ ਮਾੜੇ ਪਰ ਮੈਨੂੰ ਤਾਂ ਫੈਸਲਾ ਠੀਕ ਲੱਗਿਆ। ਯਾਨੀ ਫੈਸਲਾ ਠੀਕ ਆ ਇਹ ਤੁਹਾਡਾ ਇਸ਼ਾਰਾ ਠੀਕ ਆ ਪਰ ਮੈਨੂੰ ਲੱਗਦਾ ਵੀ ਕਿਸੇ ਵੇਲੇ ਹੁੰਦਾ ਨਾ ਵੀ ਇਹ ਇਹ ਉਦਾਂ ਹੀ ਆ ਜਦਾਂ ਵੀ ਮੰਨ ਲਓ ਵੀ ਭੂਆ ਵਾਂਡੇ ਗਈ ਤੇ ਭੂਆ ਦਾ ਸਿਰਜਾ ਦੁੱਖਿਆ ਧਿਆਨ ਦੇਵੇ ਵੀਰਾ ਵੀ ਮੇਰਾ ਸਿਰ ਦੁਖਦਾ ਤੇ ਮੈਨੂੰ ਡਾਕਟਰ ਤੋਂ ਦਵਾਈ ਲੈ ਦੋ। ਜੋ ਆਦੇ ਨਹੀਂ ਪੁਆ ਲੋਡ ਨਹੀਂ ਹੈ ਗਿਆ ਵੇ ਬਾਪੂ ਸਾਡਾ ਖਾਂਦਾ ਜਦੋਂ ਉਹਦਾ ਸਿਰ ਦੋਦੰਦਾ ਇਹੋ ਗੋਲੀ ਤੂੰ ਖਾ ਲਾ ਉਹ ਉਦਾਂ ਗੋਲੀ ਨਾ ਖਾਦੀ ਜਾਵੇ ਮਤਲਬ ਜੋ ਹਿਮਾਚਲ ਵਾਲਿਆਂ ਕਰ ਲਿਆ ਇਨ ਬਿਨ ਨਾ ਲਾਗੂ ਕੀਤਾ ਜਾਵੇ ਡਾਕਟਰ ਨੂੰ ਖਾ ਕੇ ਲੈ ਲਓ ਹਿਮਾਚਲ ਦੀਆਂ ਉਸ ਅਧਾਲਗ ਮੁਸ਼ਕਲਾਂ ਹੋਣ ਪੰਜਾਬ ਦੀਆਂ ਅਲੱਗ ਮੁਸ਼ਕਲਾਂ ਹੋ ਸਕਦੀਆਂ ਹਿਮਾਚਲ ਦੇ ਆਮਦਨ ਦੇ ਸਾਧਨ ਹੋਰ ਹੋ ਸਕਦੇ ਆ ਪੰਜਾਬ ਦੇ ਹੋਰ ਹੋ ਸਕਦੇ ਆ ਹਿਮਾਚਲ ਦੇ ਵਿੱਚ ਲੋਕਾਂ ਦੀ ਸੋਚ ਕੁਝ ਹੋਰ ਆ ਪੰਜਾਬ ਦੇ ਲੋਕਾਂ ਦੀ ਸੋਚ ਕੁਝ ਹੋਰ ਆ ਉਹ ਸਾਰੇ ਕੁਝ ਨੂੰ ਦੁਬਾਰਾ ਵਾਚਣ ਤੋਂ ਮੇਰਾ ਖਿਆਲ ਆਪਾਂ WhatsApp ਮੈਂ ਤੁਹਾਡੀ ਗੱਲ ਥੋੜਾ ਅੱਗੇ ਵਧਾਵਾਂ ਕਹਿਣ ਤੋਂ ਭਾਵੇਂ ਆ ਪੀ ਸੂਬੇ ਨੂੰ ਪੈਰਾਸਿਰ ਲਿਆਉਣਾ ਅਸੀਂ ਇਹ ਬਿਲਕੁਲ ਨਹੀਂ ਆਂਦੇ ਵੀ ਹਾਂ ਜੀ ਤੁਸੀਂ ਬਸ ਇਨ ਬਿਨ ਲਾਗੂ ਕਰ ਦਿਓ ਹਾਂ ਤੁਸੀਂ ਉਹਦੇ ਵਿੱਚ ਇਹ ਐਨਾਲਿਸਿਸ ਕਰੋ ਵੀ ਕਿਹੜਾ ਉਹ ਫੈਸਲਾ ਜਿਹਦੇ ਤੇ ਲੋਕ ਵਿਰੋਧ ਘੱਟ ਕਰਨਗੇ ਸਗੋਂ ਸਾਥ ਵੱਧ ਦੇਣਗੇ ਤੇ ਕਿਹੜਾ ਉਹ ਫੈਸਲਾ ਜਿਹਦੇ ਵਿੱਚ ਸੱਚੀ ਮੂਜੀ ਐਸੀ ਫਜ਼ੂਲ ਖਰਚੀ ਆ ਜਿਨ੍ਹਾਂ ਫਜ਼ੂਲ ਖਰਚੀਆਂ ਨੂੰ ਰੋਕਿਆ ਜਾ ਸਕਦਾ ਬਹੁਤ ਸਾਰੀਆਂ ਚੀਜ਼ਾਂ ਲੱਭ ਜਾਣਗੇ ਇੱਥੇ ਨਾਂ ਲਿਖ ਕੇ ਗਿਣਾਉਣ ਦੀ ਲੋੜ ਨਹੀਂ ਹੈਗੀ ਤੇ ਜਦੋਂ ਮੇਰੇ ਖਾਲ ਲਿਖਣ ਲੱਗੇ ਹੋ ਸਕਦਾ 1000 ਰੁਪਈਆਂ ਵਾਲੀ ਕਾਪੀ ਪੂਰੀ ਭਰ ਜੂਏ ਚ ਬਾਅਦ ਚਾਖਣੀ ਯਾਰ ਇੱਕ ਪੰਝਾ ਕਾਲੀ ਹੋਰ ਲੈ ਕੇ ਆਓ ਜੀ ਇਹਦੇ ਚੀਜ਼ ਉਹਨਾਂ ਨੂੰ ਉਸ ਤੋਂ ਬਾਅਦ ਲਾਗੂ ਕਰਨਾ ਪਊਗਾ ਤੇ ਬੜੀ ਇਮਾਨਦਾਰੀ ਦਿਾਨਤਦਾਰੀ ਦੇ ਨਾਲ ਲਾਗੂ ਕਰਨਾ ਪਊਗਾ ਤਾਂ ਜੋ ਲੋਕਾਂ ਦੇ ਵਿੱਚ ਇਹ ਮੈਸੇਜ ਜ਼ਰੂਰ ਜਾਵੇ ਵੀ ਯਾਰ ਜੇ ਬੰਦਿਆਂ ਨੇ ਕੀਤਾ ਨਾ ਤੇ ਸਿਆਸਤ ਨਹੀਂ ਕੀਤੀ ਉਹਨਾਂ ਨੇ ਬਚਾਉਣ ਲਈ ਕੀਤਾ ਕਿਉਂਕਿ ਇੱਕ ਗੱਲ ਤੇ ਪੱਕੀ ਹੈ WhatsApp ਆਪਣੇ ਵਾਲੇ ਤੇ ਇਦਾਂ ਦੇ ਆ ਇੱਥੇ ਕਿਸੇ ਦੀ ਕਰੀਬ ਨਾ ਵੀਡੀਓ ਆ ਜਾਂਦੀ ਯਾਰ ਵੀ ਫਲਾਣਾ ਬੰਦਾ ਮਰ ਚੱਲਿਆ ਰੋਡ ਚੱਲਿਆ ਯਾਰ ਲੋਕੋ ਦਾ ਕਿਸੇ ਨੇ ਸਾਥ ਨਹੀਂ ਦਿੱਤਾ ਤੇ ਤੁਸੀਂ ਆਹ ਵੇਖ ਲਓ ਵੀ ਇੱਕ ਮਹੀਨੇ ਬਾਅਦ ਬੰਦੇ ਨੂੰ ਐ ਪੈਰਾਂ ਤੇ ਲਿਆਉਂਦੇ ਵੀ ਤੈਨੂੰ ਜਵਾਨਾਂ ਐ ਏਡੀ ਗੱਲ ਕੋਈ ਨਹੀਂ ਤੇਰੇ ਨਾਲ ਆ ਫੇਰ ਕਿਉਂ ਕਰਦਾ ਤੇ ਜੇ ਇਸ ਤਰ੍ਹਾਂ ਦੇ ਸੁਭਾਅ ਦੇ ਮਾਲਕ ਪੰਜਾਬੀ ਨੇ ਜੇ ਮੰਨ ਲਓ ਇਮਾਨਦਾਰੀ ਦੇ ਨਾਲ ਕੋਈ ਸਰਕਾਰ ਆ ਕੇ ਵੀ ਆਪਾਂ ਪੰਜਾਬ ਬਚਾਉਣਾ ਤੇ ਕੀ ਗੱਲ ਕੀਤੇ ਪੰਜਾਬੀ ਨਾਲ ਸਾਥ ਨਾ ਦੇਣਗੇ ਨਹੀਂ ਦੇਣਗੇ ਸੰਧਾਲੀਆ ਸਭ ਥੋੜੇ ਜਿਹਾ ਆਪਾਂ ਹਾਂ ਪੱਖੀ ਚੱਲਦੇ ਚੰਗਾ ਹੋਇਆ ਤੁਸੀਂ ਪੰਜਾਬੀਆਂ ਦੇ ਸੁਭਾਅ ਦੀ ਗੱਲ ਕੀਤੀ ਬਹੁਤ ਕੁਝ ਚੰਗਾ ਹੋ ਰਿਹਾ ਇਹ ਨਹੀਂ ਕਿ ਪੰਜਾਬ ਸਭ ਕੁਝ ਮਾੜਾ ਆ ਪੈਰਿਸ ਦੇ ਵਿੱਚ 올림픽 ਖੇਡਾਂ ਹੋਣੀਆਂ ਸੰਧਾਲੀਆ ਸਭ ਐਸੇ ਮਹੀਨੇ ਦੇ ਅੰਤ 'ਚ ਸਟਾਰਟ ਹੋਣੀਆਂ ਤੇ ਅਗਸਤ ਦੇ ਸ਼ੁਰੂ ਦੇ ਵਿੱਚ ਮੁੱਕ ਜਾਣੀਆਂ 113 ਖਿਡਾਰੀਆਂ ਨੇ ਕੁਆਲੀਫਾਈ ਕੀਤਾ ਭਾਰਤ ਦੇ ਵਿੱਚੋਂ ਉਹਦੇ ਵਿੱਚੋਂ 20 ਪੰਜਾਬੀ ਨੇ ਜਾਣੀ ਭਾਰਤ ਦੇ ਵਿੱਚ ਆਬਾਦੀ ਤੇ ਖੇਤਰਫਲ ਹੋ ਸਕਦਾ ਸਾਡਾ 2% ਹੋਵੇ ਪੰਜਾਬੀਆਂ ਦਾ ਪਰ 올림픽 ਖੇਡਣ ਜਾਣ ਵਾਲੀਆਂ ਜਿਹੜੇ ਖਿਡਾਰੀਆਂ ਦਾ ਦਲ ਹੈ ਉਹ ਚ 17% ਪੰਜਾਬੀ ਨੇ 17% ਦੀ ਪੰਜਾਬ ਚ ਹੀ ਰਹਿੰਦੇ ਆ ਪੰਜਾਬ ਦਾ ਹੀ ਦੁੱਧ ਮੱਖਣ ਖਾਂਦੇ ਆ ਪੰਜਾਬ ਦੀ ਆਬੋ ਹਵਾ ਚ ਹੀ ਰਹਿੰਦੇ ਆ ਜੇ ਆਪਾਂ ਕਹੀਏ ਕਿ ਪੰਜਾਬ ਚ ਕੋਈ ਰਹਿ ਕੇ ਰਾਜ਼ੀ ਨਹੀਂ ਜਾਂ ਪੰਜਾਬ ਦੇ ਨੌਜਵਾਨ ਜਿਹੜੇ ਕੁਝ ਕਰਕੇ ਰਾਜ਼ੀ ਨਹੀਂ ਫਿਰ ਇਹ 17% ਭਾਰਤ ਦੇ ਖਿਡਾਰੀ ਜਿਹੜੇ 올림픽 ਲਈ ਕੁਆਲੀਫਾਈ ਕਰ ਗਏ ਉਹ ਕਿੱਥੋਂ ਆ ਗਏ ਇਹ ਖੋਰ ਦੱਸਦੇ ਆ ਇਹ ਸਾਡੇ ਲਈ ਹਿਸਟੋਰੀਕਲ ਪਲ ਨੇ ਇਤਿਹਾਸਿਕ ਮੌਕਾ ਜਦੋਂ ਪਿਛਲੀ ਵਾਰ 올림픽 ਖੇਡਾਂ ਹੋਈਆਂ 17 ਖਿਡਾਰੀ ਗਏ ਸੀ ਪੰਜਾਬ ਤੋਂ ਉਹਦੇ ਤੋਂ ਪਹਿਲਾਂ ਜਦੋਂ ਬੀਜਿੰਗ ਦੇ ਵਿੱਚ ਚੀਨ ਦੇ ਵਿੱਚ 올림픽 ਖੇਡਾਂ ਹੋਈਆਂ ਸੀ ਸਾਡੇ ਸਿਰਫ 7 ਖਿਡਾਰੀ ਸੀ ਪੰਜਾਬ ਦੇ ਪਹਿਲਾਂ 7 ਉਹਦੇ ਤੋਂ ਬਾਅਦ 17 ਐਤਕੀ ਗਿਣਤੀ 20 ਭਾਰਤ ਦੇ ਕੁੱਲ ਖਿਡਾਰੀਆਂ ਦਾ 17% ਮਾਨਾੜੀ ਗੱਲ ਹੈ ਕਿ ਅਸੀਂ ਉੱਪਰਲੇ ਪਾਸੇ ਨੂੰ ਜਾ ਰਹੇ ਯਾਨੀ ਜੇ ਆ ਜਿਹੜੀ ਬੇਲੋੜੀਆਂ ਸਬਸਿਡੀਆਂ ਨੇ ਅਮੀਰਾਂ ਦੇ ਨੱਕ 'ਚ ਜਿਹੜੀਆਂ ਦਿੱਤੀਆਂ ਜਾ ਰਹੀਆਂ ਧੱਕੇ ਨਾਲ ਸਬਸਿਡੀਆਂ ਉਹ 'ਚ ਥੋੜੀ ਕਟੌਤੀ ਹੋ ਜਵੇ ਪੰਜਾਬ ਦੇ ਪਿੰਡਾਂ ਦੇ ਵਿੱਚ ਖੇਡਾਂ ਦਾ ਢਾਂਚਾ ਬਣਾ ਦਿਓ ਉੱਥੇ ਕੋਚ ਰੱਖ ਦਿਓ ਸੰਧਾਲੀਆ ਸਾਹਿਬ 4 ਸਾਲ ਬਾਅਦ ਜਦੋਂ 올림픽 ਖੇਡਾਂ ਦੁਬਾਰਾ ਹੋਣਗੀਆਂ ਵਿਆਂ ਦੀ ਜਗ੍ਹਾ ਭਾਵੇਂ 40 ਭੇਜ ਦਿਓ ਗੱਲ ਕਿਹੜੀ ਹੈ ਉਹਦੇ ਕੀ ਕਰਨਾ ਪਊਗਾ ਕੁੱਲ ਮਿਲਾ ਕੇ ਇਹੀ ਆ ਵੀ ਇਹ ਜੀ ਕੈਲਕੂਲੇਸ਼ਨ ਹੈ ਜੇ ਕੀਤੀ ਜਾਵੇ ਤੇ ਹੋ ਸਕਦਾ ਅੱਜ ਤੁਹਾਨੂੰ ਸਾਡੀਆਂ ਇਹਨਾਂ ਗੱਲਾਂ ਬਾਤਾਂ ਜੇ ਲੱਗਾ ਹੋਵੇ ਪੀਆ ਜਲੰਧਰ ਵੈਸਟ ਦੀ ਚੌਂਕ ਸੀ ਉਹ ਹੋ ਗਈ ਗੱਲ ਨਿਬੜ ਗਈ ਯਾਰ ਹੋਰ بڑے ਮਸਲੇ ਨੇ ਹੋਰ ਕੋ ਕਰਾਰੀਆਂ ਤੱਤੀਆਂ ਪੁੱਜੀਆਂ ਰੜਦੀਆਂ ਖਬਰਾਂ ਜਿਹੜੀਆਂ ਉਹਨਾਂ ਦਾ ਤੁਸੀਂ ਜ਼ਿਕਰ ਨਹੀਂ ਕੀਤਾ ਇਹ ਕੋ ਇੱਕ ਇੱਕ ਬੇਨਤੀ ਇੱਥੇ ਲੋਕਾਂ ਨੂੰ ਮੈਂ ਕਰਾਂ ਪਰਿਵਾਰ ਦੇ ਜੀਆਂ ਨੂੰ ਕਰਾਂ ਆਪਾਂ ਨੂੰ ਹੀ ਆਪਣਾ ਨਾ ਟੇਸ ਥੋੜਾ ਜਿਹਾ ਬਦਲਣਾ ਪਊਗਾ ਆਪਾਂ ਨੂੰ ਚਸਕੀ ਵਾਲੀ ਖਬਰ ਕੱਲ ਤੁਸੀਂ ਦੇਖੋ ਕੱਲ ਆਪਾਂ ਗੱਲ ਕਰਦੇ ਕਰਦੇ ਉਹ ਜਿਹੜਾ ਨੀਟੂ ਸ਼ਟਰਨ ਵਾਲਾ ਵਿਚਾਰਾ ਸਾਥੀ ਉਹਦਾ ਜ਼ਿਕਰ ਨਾਲ ਨਾਲ ਕਰਦੇ ਸੀ ਨਾ ਟਿੱਪਣੀਆਂ ਵਿੱਚ ਆਉਂਦੇ ਉਹਦੀਆਂ ਕਿੰਨੀਆਂ ਵੋਟਾਂ ਉਹਨੂੰ ਵਿਚਾਰਾ ਜਿੱਤਿਆ ਉਹ ਭਾਵੇਂ ਹਾਰਿਆ ਮੈਨਾਂ 250 ਵੋਟ ਨਹੀਂ ਉਹਨੂੰ ਪਈ ਤੁਸੀਂ ਆਪ ਸੋਚੋ ਵੀ ਆਪਾਂ ਨੂੰ ਇਹੋ ਜੀ ਖਬਰ 'ਚ ਸਵਾਲ ਜ਼ਰੂਰ ਆ ਸਕਦਾ ਪਰ ਜੇ ਆਪਾਂ ਇਹ ਕੀ ਵੀ ਇਹਦੇ 'ਚ ਆਪਣਾ ਕੋਈ ਜਾਂ ਪੰਜਾਬ ਦਾ ਕੋਈ ਇਸ ਤਰ੍ਹਾਂ ਦਾ ਪਲਾਟ ਜੇ ਨਹੀਂ ਹੈਗਾ ਨਾ ਤੇ ਫਿਰ ਉਹ ਵਾਲੀ ਸੂਈ ਆਪਾਂ ਨੂੰ ਵੀ ਚੇਂਜ ਕਰਨੀ ਪਊਗੀ ਕਿਤੇ ਨਾ ਕਿਤੇ ਆਪਾਂ ਨੂੰ ਆਪਣਾ ਟੇਸਟ ਬਦਲਣਾ ਪਊਗਾ ਆਪਾਂ ਨੂੰ ਇਹ ਜਿਹੜੀ ਕਹ ਲੋ ਕਿ ਵੀ ਲੋਕ ਆਵਾਜ਼ ਹੀ ਹੁੰਦੀ ਇੱਕ ਤਰ੍ਹਾਂ ਚਾਹੇ ਉਹ ਮੀਡੀਆ ਦੇ ਜ਼ਰੀਏ ਬਣੇ ਉਹਨੂੰ ਇੰਨਾ ਕੁ ਪ੍ਰਚੰਡ ਕਰਨਾ ਪਊਗਾ ਕਿ ਲੀਡਰਾਂ ਤੱਕ ਪੋਲੀਟੀਕਲ ਪਾਰਟੀਆਂ ਤੱਕ ਉਹ ਸਾਰਾ ਕੁਝ ਪਹੁੰਚੇ ਕਿ ਯਾਰ ਪੰਜਾਬੀ ਨਾ ਪੂਰਾ ਸਵਾਦ ਲੈਣਾ ਨਹੀਂ ਜਾਣਦੇ ਉਹ ਨਾਲ ਖੜਦੇ ਨੇ ਬਸ ਤੁਸੀਂ ਥੋੜਾ ਜਿਹਾ ਪੋਜ਼ਿਟਿਵ ਪਾਸੇ ਚੰਗੇ ਪਾਸੇ ਤੁਰੋ ਸਹੀ ਇਹ ਕਰਾ ਇੱਕ ਨਾ ਅੱਜ ਬਹੁਤ ਮਹੱਤਵਪੂਰਨ ਪ੍ਰੋਗਰਾਮ ਹੈ ਕਿਸੇ ਨੂੰ ਨਹੀਂ ਪਤਾ ਪੰਜਾਬ ਚ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਜਿੱਥੇ ਬੁੱਢਾ ਨਾਲਾ ਜਾ ਕੇ ਦਰਿਆ ਚ ਡਿੱਗਦਾ ਹੈ ਕਾਲਾ ਪਾਣੀ ਉਹਦਾ ਸਾਰੇ ਦਰਿਆ ਦੇ ਪਾਣੀ ਨੂੰ ਪਲੀਤ ਕਰਦਾ ਹੈ ਅੱਜ ਸ਼ਾਮ ਨੂੰ 5 ਵਜੇ ਜਾ ਰਹੇ ਨੇ ਬਹੁਤ ਸਾਰੇ ਸੁਹਿਰਦ ਸੱਜਣ ਜੂਜ ਦੇ ਪੰਜਾਬ ਵਾਲੇ ਵੀ ਜਾ ਰਹੇ ਨੇ ਕਮਰਗਰੇਵਾਲ ਹੋਰਾਂ ਨੇ ਵੀ ਜਾਣਾ ਹੈ ਉਹ ਗੁਰਪ੍ਰੀਤ ਸਿੰਘ ਚੰਦਵਾਜਾ ਹੋਰੀ ਵੀ ਜਾਣਗੇ ਬਹੁਤ ਸਾਰੇ ਜਿਹੜੇ ਸੁਹਿਰਦ ਸੱਜਣ ਵਾਤਾਂ ਵਾਲੇ ਕੰਮ ਕਰਦੇ ਆ ਪਰ ਕਿਸੇ ਨੂੰ ਪਤਾ ਹੈ ਸੋਸ਼ਲ ਮੀਡੀਆ ਤੇ ਪੋਸਟਾਂ ਪੈ ਰਹੀਆਂ ਉੱਥੋਂ ਬਿਮਾਰੀ ਲੱਗਦੀ ਹੈ ਉੱਥੋਂ ਸਾਡੀ ਫਸਲ ਖਰਾਬ ਹੁੰਦੀ ਹੈ ਸਾਡੇ ਸਰੀਰ ਖਰਾਬ ਹੋ ਰਹੇ ਨੇ ਪਰ ਨਾ ਸਾਡਾ ਉਧਰਲੇ ਪਾਸੇ ਧਿਆਨ ਨਹੀਂ ਹੈ ਸਾਨੂੰ ਤੱਤੀ ਚਸਕੇ ਵਾਲੀ ਖਬਰ ਚਾਹੀਦੀ ਹੈ ਇਸ ਕਰਕੇ ਥੋੜੇ ਜਿਹਾ ਆਪਾਂ ਸਿਆਣੇ ਜ਼ਰੂਰ ਬਣੀਏ ਤੇ ਜੇ ਸਿਆਣੇ ਬਣ ਜਾਗੇ ਪੰਜਾਬ ਵੱਜੂਗਾ ਬਾਕੀ ਤਾਂ ਨਹੀਂ ਤਾਂ ਸੰਧਾ ਵਾਲੀ ਆ ਸਭ ਬੈਠਾ ਹੀ ਐ ਡਕਾਰ ਵੀ ਨਹੀਂ ਮਾਰਦੇ ਲੀਡਰ ਸੱਜਣ ਵਰਗੇ ਚਲਿਏ ਬਾਸਬ ਚਲਿਏ ਜੀ ਚਲਿਏ ਬਾਸ ਬਹੁਤ ਸ਼ੁਕਰੀਆ ਜੀ ਮਿਹਰਬਾਨ ਲਓ ਜੀ ਪ੍ਰੋਗਰਾਮ ਦੀ ਹੁਣ ਸਮਾਪਤੀ ਆ ਫੀਡਬੈਕ ਤੁਸੀਂ ਆਪਣੀ ਭੇਜਦੇ ਰਹਿੰਦੇ ਹੋ ਸਾਡੀਆਂ ਗੱਲਾਂ ਨੂੰ ਤੁਸੀਂ ਐਪਰੀਸ਼ੀਏਟ ਵੀ ਕਰਦੇ ਹੋ ਇਸ ਹੌਸਲੇ ਨਾਲ ਦੁਬਾਰਾ ਕੱਲ ਨੂੰ ਫਿਰ ਮਿਲਾਂਗੇ ਦੇਖਦੇ ਰਹਿਣਾ ਪ੍ਰਾਈਮੇ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ